ਸੀਏ ਪਰਮਾਤਮਾ ਨੇ ਦਿੱਤੇ ਯਾਰ ਕਮਾਲ, ਜਿਵੇਂ ਇੱਕ ਘਰ ਨੂੰ ਹੀ ਜਿਵੇਂ ਇੱਕ ਟੀਚਾ ਬਣਾ ਲਿਆ ਵੀ ਸਾਰਾ ਕੁਝ ਇੱਥੇ ਸੁੱਟੀ ਜਾਣਾ ਹੈ। ਬਸ ਜੀ ਕਿਸਮਤ ਦੀਆਂ ਗੱਲਾਂ ਜੀ। ਹਾਂਜੀ ਹਾਂ, ਇਹ ਤਾਂ ਹੈ ਜੀ, ਉਹ ਜਾਈਦਾ ਮੈਚ ਵਗੈਰਾ ਦੀ ਸਿਰ ਝੁਕਾ ਕੇ ਜਾਂ ਮਤਲਬ ਕਿ ਮਨ 'ਚ ਰਿਸਪੈਕਟ ਰੱਖ ਕੇ ਮੱਥਾ ਟੇਕ ਕੇ ਜਾਈਦਾ ਵੀ ਚਲੋ ਉਹਦਾ ਨਹੀਂ ਹੈਗੇ, ਉਹਨਾਂ ਦੇ ਇੱਥੇ ਪੈੜਾਂ ਉਹਨਾਂ ਦਾ ਆਸ਼ੀਰਵਾਦ ਲੈ ਕੇ ਜਾਈਦਾ ਜੀ। ਉਹਨੂੰ ਕਹਿਣਾ ਆ ਬਾਪੂ ਤੂੰ ਮੈਨੂੰ ਦੁੱਧ ਨਹੀਂ ਦਿੱਤਾ ਡੈਡੀ, ਰਾਤ ਤੂੰ ਮੈਨੂੰ ਇੱਦਾਂ ਹੀ ਪਾ ਦਿੱਤਾ ਕਲੀ ਰੋਟੀ ਖਵਾ ਕੇ, ਤਾਂ ਉਹਨਾਂ ਨੇ ਕਹਿਣਾ ਨਹੀਂ ਰਾਤ ਤੂੰ ਪੀ ਕੇ ਸੋਇਆ। ਫਿਰ ਉਸ ਤੋਂ ਬਾਅਦ ਉਹ ਜਿਹੜਾ ਦੁੱਧ ਵਾਲਾ ਜੱਗ ਜਾਂ ਭਾਂਡੇ ਹੁੰਦੇ ਸੀ ਮੇਰੇ ਰਾਤ ਨੂੰ ਸਿਰਾਣੇ ਰੱਖ ਦਿੰਦੇ ਸੀ, ਫਿਰ ਮੈਨੂੰ ਕਹਿਣਾ ਸਵੇਰ ਨੂੰ ਆਹ ਦੇਖ ਦੁੱਧ ਤੂੰ ਪੀ ਕੇ ਸੁੱਤਾ। ਕਿਉਂਕਿ ਜੇ ਦੋਨੇ ਵਾਰੀ ਮੇਰਾ ਐਕਸੀਡੈਂਟ ਹੋਇਆ ਤਾਂ ਮੇਰੀ ਇੱਕੋ ਗੱਲ ਹੁੰਦੀ ਸੀ, ਬਸ ਇੱਕੋ ਅਰਦਾਸ ਹੁੰਦੀ ਸੀ ਰੱਬ ਅੱਗੇ, ਤੁਰਨ ਫਿਰਨ ਲਾਉਣਾ ਤਾਂ ਕਬੱਡੀ ਕਰਕੇ ਲਾਈ, ਖੇਡਣ ਲਾਈ, ਜੇ ਖੇਡਣ ਲਾਉਣਾ ਤਾਂ ਮੈਨੂੰ ਇੱਦਾਂ ਹੀ ਚੱਕ ਲਾ। ਹਾਂ ਬਿੱਟੂ ਆ ਗਿਆ, ਕਹਿੰਦੇ ਭਾਰੀ ਜਿਹਾ ਸਰੀਰ ਹੈ ਮੁੰਡੇ ਦਾ ਬਿੱਟੂ ਬਲਿਆਲ ਪਿੰਡ ਦਾ। ਲੈ ਵੀ ਦਰਸ਼ਕ ਵੀਰੋ, ਬਿੱਟੂ ਨੇ ਤਕੜੀ ਵਾਪਸੀ ਕੀਤੀ ਹੈ। ਜਿਹੜੇ ਜਿਹੜੇ ਚਾਹੁੰਦੇ ਵੀ ਬਿੱਟੂ ਇਸੇ ਤਰ੍ਹਾਂ ਖੇਡ ਕਬੱਡੀ 'ਚ ਧੁੰਮਾ ਪਾਉਂਦਾ ਰਹੇ, ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਕੇ ਹੌਸਲਾ ਦਿਓ ਮੁੰਡੇ ਨੂੰ। ਪਹਿਲਾਂ ਮੈਨੂੰ ਐਂ ਫਿਰ ਇਕੱਲਾ ਦੀ ਆਈ ਪੂਆਰੀ ਲੈ ਗਏ ਸੀ ਘਰ। ਅੱਛਾ, ਫਿਰ ਉੱਥੇ ਉਹਨਾਂ ਨੇ ਕਿਹਾ ਕਰਾਂ ਮੈਂ ਡੈਡੀ ਨਹੀਂ ਹੁੰਦਾ ਜੀ, ਫਿਰ ਉਹਨਾਂ ਨੇ ਮੈਨੂੰ ਦੱਸਿਆ ਕੋਈ ਨਹੀਂ ਬਾਈ ਹੌਸਲਾ ਰੱਖੋ ਜ਼ਿੰਦਗੀ 'ਚ। ਫਿਰ 8 ਦੇ ਵਿੱਚ ਮੰਮੀ ਐਕਸਪਾਇਰ ਹੋ ਗਈ ਸੀ ਮੰਮੀ, ਫਿਰ 2011 ਦੇ ਵਿੱਚ ਹੀ ਮੇਰਾ ਐਕਸੀਡੈਂਟ ਹੋ ਗਿਆ ਸੀ ਜੀ, ਮੈਂ ਖੇਡ ਕੇ ਆਉਂਦਾ ਸੀਗਾ ਰਸਤੇ 'ਚ ਜੀ ਜੀ, ਅਤੇ ਮੈਂ ਲੁਧਿਆਣੇ ਐਡਮਿਟ ਸੀਗਾ ਜੀ ਜੀ, ਅਤੇ ਜਦੋਂ ਲੁਧਿਆਣੇ ਐਡਮਿਟ ਸੀ ਉੱਥੇ ਡੈਡੀ ਆਏ, ਜਦੋਂ ਮੈਨੂੰ ਉਹਨਾਂ ਨੇ ਦੇਖਿਆ ਜੀ ਅਤੇ ਉਹ ਜਾਣੀ ਕਿ ਉਹ ਬਹੁਤ ਜ਼ਿਆਦਾ ਵੀ ਉੱਥੇ ਉਹਨਾਂ ਦਾ ਮਤਲਬ ਦੇਖ ਨਹੀਂ ਹੋਇਆ ਜੀ ਮੈਨੂੰ। ਹਾਂਜੀ ਮੈਂ ਭੂਆ ਜਿਹਨਾਂ ਨੂੰ ਪੁੱਛਿਆ ਵੀ ਮੈਂ ਕਿੰਨੇ ਦਿਨ ਹੋਏ ਮੈਂ ਡੈਡੀ ਨੂੰ ਨਹੀਂ ਆਉਂਦੇ ਹੈਗੇ ਨਾ, ਵੀ ਮੈਨੂੰ ਮਿਲੇ ਨਹੀਂ, ਉਹ ਕਹਿੰਦੇ ਕੋਈ ਨਾ ਜਾਣਾ ਕੱਲ੍ਹ ਆਉਣਗੇ, ਰੋਜ਼ ਹੀ ਕਹਿ ਦੇਣੀ। ਫਿਰ ਜਦੋਂ ਮੈਂ ਕਿਹਾ ਵੀ ਮੈਂ ਪਿੰਡ ਜਾਣਾ ਤੁਹਾਨੂੰ ਦੱਸੋ, ਫਿਰ ਉਹਨਾਂ ਨੇ ਦੱਸਿਆ ਵੀ ਇੱਦਾਂ ਕਰਕੇ ਉਹ ਚੱਲ ਗਏ ਵੀ ਤੈਨੂੰ ਛੱਡ ਗਏ, ਅਤੇ ਹੁਣ ਮੈਚ ਬੰਦ ਨਹੀਂ ਜੀ ਆਪਣੇ ਸਾਰੇ, ਹੁਣ ਕਿਉਂਕਿ ਬਾਹਰ ਹੁੰਦੇ ਜੀ, ਹੁਣ ਅਗਲੇ ਮਹੀਨੇ ਅਗਸਤ ਸਤੰਬਰ 'ਚ ਮੈਚ ਚੱਲਣਗੇ ਜੀ ਆਪਣੇ ਇੱਧਰ, ਉਦੋਂ ਫਿਰ ਮੈਂ ਕਬੱਡੀ ਕੁੱਡੀ ਖੇਡ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਜੀ, ਦੋ ਪੈਸੇ ਉੱਥੋਂ ਆ ਜਾਂਦੇ ਆ, ਉੱਥੋਂ ਹੀ ਆਪਣਾ ਸਾਰਾ ਕੁਛ ਕਰਦਾ ਜੀ। ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਅਤੇ ਮੈਂ ਸੰਦੀਪ ਕੰਬੋਜ। ਅਸੀਂ ਗੱਲ ਕਰੀਏ ਤਾਂ ਕਬੱਡੀ, ਕਬੱਡੀ ਸਾਡੀ ਮਾਂ ਖੇਡ ਹੈਗੀ ਹੈ, ਜੇਕਰ ਜਿਹੜੇ ਕਬੱਡੀ ਖਿਡਾਰੀ ਇਸ ਨੂੰ ਆਪਣਾ ਜ਼ਿਕਰ ਕਰਦੇ ਨੇ ਮਾਂ ਦੇ ਬਰਾਬਰ ਮੰਨਦੇ ਨੇ, ਪਰ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇਸ ਨੂੰ ਇੰਨੀ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ। ਲੰਬੇ ਸਮੇਂ ਤੋਂ ਪਹਿਲਾਂ ਟੂਰਨਾਮੈਂਟ ਹੁੰਦੇ ਸੀ, ਵੱਡੇ ਵਰਲਡ ਕੱਪ ਵੀ ਹੋਏ ਨੇ, ਹੁਣ ਕਾਫੀ ਲੰਬਾ ਸਮਾਂ ਹੋ ਚੁੱਕਿਆ ਟੂਰਨਾਮੈਂਟ ਵੀ ਨਹੀਂ ਹੋਏ, ਪਰ ਅੱਜ ਅਸੀਂ ਕਬੱਡੀ ਦੇ ਉਹ ਪਲੇਅਰ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸ ਦੀ ਜ਼ਿੰਦਗੀ ਦੇ ਵਿੱਚ ਅਜਿਹੇ ਤਸੀਹੇ ਪਰਮਾਤਮਾ ਦਿੱਤੇ, ਰੱਬ ਦਿੱਤੇ, ਜਿਸ ਨੂੰ ਸੁਣ ਕੇ ਦੇ ਕੇ ਹਰ ਕਿਸੇ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਨੇ। ਜ਼ਿੰਦਗੀ ਦਾ ਅਜਿਹਾ ਦੁੱਖ ਸ਼ਾਇਦ ਹੀ ਪਰਮਾਤਮਾ ਕਿਸੇ ਨੇ ਦਿੱਤਾ ਹੋਏਗਾ, ਜਿਵੇਂ ਸਾਰਾ ਦੁੱਖ ਉਸ ਦੇ ਉੱਪਰ ਹੀ ਡੋਲ ਦਿੱਤਾ ਜਾਂਦਾ। ਤਾਂ ਉਹਨਾਂ ਦੀ ਜ਼ਿੰਦਗੀ ਦੀ ਉਹ ਕੜੀ ਜਿਸ ਦੇ ਨਾਲ ਸਾਰਾ ਪਰਿਵਾਰ ਬਿੱਟੂ ਬਲਿਆਲ ਜਿਹੜਾ ਕਬੱਡੀ ਦਾ ਇੱਕ ਵੱਡਾ ਪਲੇਅਰ ਹੈਗਾ, ਕਬੱਡੀ ਦੇ ਮੈਦਾਨ 'ਚ ਜਦੋਂ ਉੱਠਦਾ ਤਾਂ ਫਿਰ ਬਿੱਟੂ ਬਿੱਟੂ ਹੁੰਦੀ ਹੈ, ਬਿੱਟੂ ਜਦੋਂ ਆਪਣੇ ਘਰੋਂ ਜਾਂਦਾ ਤਾਂ ਜਿੰਦਰੇ ਲਾ ਕੇ ਜਾਂਦਾ, ਅਤੇ ਜਦੋਂ ਆਪਣੇ ਘਰ ਵਾਪਸ ਮੁੜਦਾ ਤਾਂ ਉਹਨਾਂ ਜਿੰਦਰਿਆਂ ਨੂੰ ਉਸੇ ਕੁੰਜੀ ਦੇ ਨਾਲ ਹੀ ਖੋਲ੍ਹਦਾ। ਜਾਣਦੇ ਹਾਂ ਸਾਰੀ ਕਹਾਣੀ ਬਿੱਟੂ ਦੀ, ਕੀ ਇਸ ਦੇ ਪਿੱਛੇ ਕੀ ਦਰਦ ਹੈ। ਸਭ ਤੋਂ ਪਹਿਲਾਂ ਬਿੱਟੂ ਬਾਈ ਸਵਾਗਤ ਹੈ ਹਮਦਰਦ ਟੀਵੀ 'ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਹਮਦਰਦ ਟੀਵੀ ਦਾ, ਜਿਹੜੇ ਤੁਹਾਡੇ ਸਾਡੇ ਘਰ ਆਏ ਤੁਸੀਂ, ਬਹੁਤ ਬਹੁਤ ਧੰਨਵਾਦ ਜੀ। ਬਿੱਟੂ ਬਾਈ, ਜ਼ਿੰਦਗੀ ਹਰ ਇੱਕ ਨੂੰ ਮਿਲਦੀ ਹੈ, ਜ਼ਿੰਦਗੀ 'ਚ ਬੜੇ ਖੁਸ਼ੀਆਂ ਆਉਂਦੀਆਂ ਨੇ, ਖੇੜੇ ਆਉਂਦੇ ਨੇ, ਹਰ ਕਿਸੇ ਨੂੰ ਹੁੰਦਾ, ਮਾਂ ਬਾਪ ਹੁੰਦੇ ਨੇ, ਭਰਾ ਹੁੰਦੇ, ਜਿਨ੍ਹਾਂ ਦੇ ਸਿਰ 'ਤੇ ਬੰਦਾ ਵੱਡਾ ਹੁੰਦਾ ਅਤੇ ਮਾਂ ਬਾਪ ਸਾਨੂੰ ਵੇਖ ਕੇ ਜੀਂਦੇ ਨੇ। ਤੁਹਾਡੀ ਜ਼ਿੰਦਗੀ ਦਾ ਦੁੱਖ ਅਸੀਂ ਜਾਣਨਾ ਚਾਹੁੰਦੇ ਹਾਂ, ਜਿਸ ਨੂੰ ਸੁਣ ਕੇ ਸ਼ਾਇਦ ਹਰ ਇੱਕ ਦਾ ਜਿਹੜਾ ਸੀਨਾ ਚੂਰ ਚੂਰ ਹੋ ਜਾਂਦਾ। ਹਾਂਜੀ ਹਾਂ, ਇਹ ਤਾਂ ਹੈ ਜੀ, ਉਦੋਂ ਸਾਰੇ ਜ਼ਿੰਦਗੀ ਦੇ ਵਿੱਚ ਹੁੰਦੇ ਆ, ਚਲੋ ਬੰਦੇ ਨੂੰ ਖੁਸ਼ੀਆਂ ਤਾਂ ਬਹੁਤ ਹੁੰਦੀਆਂ ਜੀ, ਪਰ ਮੈਂ ਹੁਣ ਜਿੱਦਾਂ ਮੈਂ ਆਪਣੀ ਫੈਮਿਲੀ ਵਿੱਚ ਇਕੱਲਾ ਹੀ ਹਾਂ ਜੀ, ਮੇਰੇ ਮੋਮ ਡੈਡ ਅਤੇ ਬ੍ਰਦਰ ਐਕਸਪਾਇਰ ਹੋ ਗਏ ਸੀਗੇ ਜੀ, ਹੁਣ ਮੈਂ ਮੈਚ ਵਗੈਰਾ 'ਤੇ ਜਾਂਦਾ, ਜਿੰਦੇ ਵਗੈਰਾ ਲਾ ਕੇ ਜਾਂਦਾ, ਤਾਂ ਆਪ ਹੀ ਜਿੰਦੇ ਵਗੈਰਾ ਖੋਲ੍ਹਦਾ ਜੀ ਮੈਂ ਸਾਰਾ ਕੁਛ, ਮਤਲਬ ਆਪਣੀ ਸਿਰ 'ਤੇ ਹੁੰਦਾ ਸਾਰਾ ਕੁਛ ਜੀ। ਬਿੱਟੂ, ਕਦੋਂ ਮਾਂ ਬਾਪ ਜਿਹੜੇ ਭਰਾ ਦਾ ਸਾਇਆ ਤੁਹਾਡੇ ਤੋਂ ਉੱਠਿਆ, ਕਿੰਨਾ ਸਮਾਂ ਹੋ ਚੁੱਕਿਆ, ਅਤੇ ਕਿਵੇਂ ਜਿਹੜੀ ਕਹਾਣੀ, ਪਹਿਲਾਂ ਕੌਣ ਜ਼ਿੰਦਗੀ ਤੋਂ ਗਿਆ, ਫਿਰ ਕਿਵੇਂ ਕਿਵੇਂ ਜਿਹੜਾ ਪਰਿਵਾਰ ਸਾਰਾ ਹੀ ਚਲਾ ਗਿਆ। ਪਹਿਲਾਂ ਤਾਂ ਜੀ ਮੇਰਾ ਭਰਾ ਸੀਗਾ ਜੀ, ਮੇਰੇ ਤੋਂ ਵੱਡਾ ਜੀ, ਮੇਰੇ ਤੋਂ 3 ਸਾਲ ਵੱਡਾ ਸੀਗਾ ਜੀ ਜੀ, ਅਤੇ ਉਹ 2007 'ਚ ਐਕਸਪਾਇਰ ਹੋ ਗਏ ਸੀ, ਬਿਮਾਰ ਹੋ ਗਏ ਸੀ ਕਾਫੀ ਜ਼ਿਆਦਾ ਜੀ, ਅਤੇ ਉਸ ਤੋਂ ਬਾਅਦ ਫਿਰ ਮੰਮੀ ਟੈਨਸ਼ਨ ਲੈਣ ਲੱਗ ਗਏ, ਮੰਮੀ ਬਿਮਾਰ ਰਹਿੰਦਾ ਸੀ। ਹਾਂਜੀ ਹਾਂ, ਬਿਮਾਰ ਰਹਿੰਦਾ ਸੀ ਕਾਫੀ, ਅਤੇ ਫਿਰ ਮੰਮੀ ਟੈਨਸ਼ਨ ਲੈਣ ਲੱਗ ਗਏ ਜੀ ਕਾਫੀ, ਮੰਮੀ ਵੀ ਟੈਨਸ਼ਨ ਦੇ ਵਿੱਚ ਚਲੇ ਗਏ ਸੀ 2008 ਦੇ ਵਿੱਚ ਜੀ। ਭਰਾ ਦੀ ਟੈਨਸ਼ਨ, ਮਤਲਬ ਉਹ ਉਹਨਾਂ ਦੇ ਮੌਤ ਤੋਂ ਬਾਅਦ ਉਹ ਵੀ ਟੈਨਸ਼ਨ 'ਚ ਚਲੇ ਗਏ। ਹਾਂਜੀ ਹਾਂਜੀ, ਫਿਰ 8 ਦੇ ਵਿੱਚ ਮੰਮੀ ਐਕਸਪਾਇਰ ਹੋ ਗਈ ਸੀ ਮੰਮੀ, ਫਿਰ 2011 ਦੇ ਵਿੱਚ ਹੀ ਮੇਰਾ ਐਕਸੀਡੈਂਟ ਹੋ ਗਿਆ ਸੀ ਜੀ, ਮੈਂ ਖੇਡ ਕੇ ਆਉਂਦਾ ਸੀਗਾ ਰਸਤੇ 'ਚ ਜੀ ਜੀ, ਅਤੇ ਮੈਂ ਲੁਧਿਆਣੇ ਐਡਮਿਟ ਸੀਗਾ ਜੀ ਜੀ,
ਅਤੇ ਜਦੋਂ ਲੁਧਿਆਣੇ ਐਡਮਿਟ ਸੀ ਉੱਥੇ ਡੈਡੀ ਆਏ, ਜਦੋਂ ਮੈਨੂੰ ਉਹਨਾਂ ਨੇ ਦੇਖਿਆ ਜੀ ਅਤੇ ਉਹ ਜਾਣੀ ਕਿ ਉਹ ਬਹੁਤ ਜ਼ਿਆਦਾ ਵੀ ਉੱਥੇ ਉਹਨਾਂ ਦਾ ਮਤਲਬ ਦੇਖ ਨਹੀਂ ਹੋਇਆ ਜੀ ਮੈਨੂੰ, ਅਤੇ ਉਹਨਾਂ ਨੂੰ ਘਰ ਲਿਆ ਜੀ, ਉਹਨਾਂ ਦੀ ਹਾਲਤ ਉੱਥੇ ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ। ਅੱਛਾ। ਅਤੇ ਫਿਰ ਘਰ ਆ ਕੇ ਜੀ ਉਹਨਾਂ ਨੂੰ ਰਾਤ ਨੂੰ ਹਾਰਟ ਅਟੈਕ ਹੋ ਗਿਆ ਸੀਗਾ ਜੀ। ਮਤਲਬ ਤੁਸੀਂ ਬਿਮਾਰ ਹੈਗੇ ਸੀ, ਇੰਨਾ ਖਤਰਨਾਕ ਤੁਹਾਡਾ ਐਕਸੀਡੈਂਟ ਹੋਇਆ ਕਿ ਬਾਪ ਨੇ ਤੁਹਾਨੂੰ ਵੇਖ ਨਹੀਂ ਪਾਏ ਅਤੇ ਘਰ ਆ ਕੇ ਅਟੈਕ ਹੋ ਗਿਆ। ਹਾਂਜੀ, ਘਰ ਆ ਕੇ ਰਾਤ ਨੂੰ ਅਟੈਕ ਹੋ ਗਿਆ ਸੀਗਾ ਇਹਨੂੰ। ਅਤੇ ਤੁਸੀਂ ਹੋਸਪਿਟਲ ਸੀ ਉਸ ਸਮੇਂ? ਮੈਂ ਉਸ ਟਾਈਮ ਹੋਸਪਿਟਲ ਸੀਗਾ ਜੀ। ਅਤੇ ਤੁਹਾਨੂੰ ਫਿਰ ਰਿਸ਼ਤੇਦਾਰਾਂ ਨੇ ਸਾਰਿਆਂ ਦੱਸਤਾ ਵੀ ਤੇਰੇ ਬਾਪ ਦੀ ਵੀ, ਬਾਪ ਵੀ ਜਿਹੜਾ ਇਕੱਲਾ ਤੁਹਾਡਾ ਸਹਾਰਾ ਰਹਿ ਚੁੱਕਿਆ ਸੀ ਉਹ ਵੀ ਚਲਾ ਗਿਆ ਦੁਨੀਆ ਤੋਂ? ਨਹੀਂ, ਮੈਨੂੰ ਦੱਸਿਆ ਨਹੀਂ ਕਿਸੇ ਨੇ। ਅਤੇ ਕਿਵੇਂ ਮਤਲਬ ਜਦੋਂ ਫਿਰ ਘਰ ਛੁੱਟੀ ਕਿੰਨੇ ਦਿਨਾਂ ਬਾਅਦ ਮਿਲੀ ਸੀ ਵੀ ਜਦੋਂ ਉੱਥੇ ਉਹ ਹੈਗੇ ਸੀ ਤੁਸੀਂ? ਮੈਨੂੰ ਮਿਲ ਗਈ ਸੀ ਘੱਟੋ ਘੱਟ 15-16 ਦਿਨਾਂ ਮਗਰ ਛੁੱਟੀ ਮਿਲ ਗਈ ਸੀਗੀ। ਅੱਛਾ। ਉਸ ਤੋਂ ਬਾਅਦ ਫਿਰ ਮੈਂ ਘਰ ਆਈ, ਫਿਰ ਮੈਨੂੰ ਪਤਾ ਲੱਗਾ ਜੀ। ਅਤੇ ਘਰ ਆ ਕੇ ਵੇਖਿਆ ਵੀ ਬਾਪੂ ਕਿੱਥੇ, ਜਾਂ ਪੁੱਛਿਆ ਤੁਸੀਂ ਕਿ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਗਿਆ ਸੀ ਕਿਸੇ ਗੱਲ ਦਾ? ਪਹਿਲਾਂ ਮੈਨੂੰ ਐਂ ਫਿਰ ਇਕੱਲਾ ਦੀ ਆਈ ਪੂਆ ਹੀ ਲੈ ਗਏ ਸੀ ਘਰ। ਅੱਛਾ। ਫਿਰ ਉੱਥੇ ਉਹਨਾਂ ਨੂੰ ਮੈਂ ਕਿਹਾ ਕਰਾਂ ਮੈਂ ਡੈਡੀ ਨਹੀਂ ਹੁੰਦਾ ਜੀ, ਫਿਰ ਉਹਨਾਂ ਨੇ ਮੈਨੂੰ ਦੱਸਿਆ ਜੀ। ਕੋਈ ਨਹੀਂ ਬਾਈ, ਹੌਂਸਲਾ ਰੱਖੋ, ਜ਼ਿੰਦਗੀ 'ਚ ਦੁੱਖ ਜਿਹੜੇ ਆਉਂਦੇ ਨੇ, ਪਰ ਜਿਹੜਾ ਇਹ ਪਹਾੜ ਜਿਹੜਾ ਤੁਹਾਡੇ 'ਤੇ ਡਿੱਗਿਆ, ਇੰਨੇ ਵੱਡੇ ਪਲੇਅਰ ਹੋਣ ਤੋਂ ਬਾਅਦ ਜਦੋਂ ਮਾਂ ਪਿਓ, ਹਰ ਇੱਕ ਦਾ ਸੁਪਨਾ ਹੁੰਦਾ ਵੀ ਪਿਤਾ ਦੇਖੇ ਮੈਨੂੰ, ਮੇਰੀ ਮਾਂ ਦੇਖੇ, ਮੇਰਾ ਵੱਡਾ ਭਰਾ ਦੇਖੇ, ਸੁਪਨਾ ਹੁੰਦਾ, ਰੋਣਾ ਤਾਂ ਹਰ ਇੱਕ ਨੂੰ ਆਉਂਦਾ, ਪਰ ਕੀ ਕਰੇ ਜ਼ਿੰਦਗੀ ਤਾਂ ਜੀਣੀ ਹੈ। ਹਾਂਜੀ, ਤਾਂ ਹੈ ਜੀ। ਅਤੇ ਬਿੱਟੂ ਫਿਰ ਜਦੋਂ ਘਰ ਆ ਕੇ ਫਿਰ ਕਿੰਨੇ ਦੱਸਿਆ, ਕਿਵੇਂ ਪਤਾ ਲੱਗਿਆ ਵੀ ਬਾਪ ਤੁਹਾਡਾ, ਤੁਸੀਂ ਕਿਹਾ ਤੁਹਾਡਾ ਵੀ ਡੈਡੀ ਕਿੱਥੇ ਹੈਗਾ? ਹਾਂਜੀ, ਮੈਂ ਭੂਆ ਜੀ ਨੂੰ ਪੁੱਛਿਆ ਵੀ ਮੈਂ ਕਿੰਨੇ ਦਿਨ ਹੋਏ ਮੈਂ ਡੈਡੀ ਨੂੰ ਨਹੀਂ ਆਉਂਦੇ ਹੈਗੇ ਨਾ, ਵੀ ਮੈਨੂੰ ਮਿਲੇ ਨਹੀਂ, ਉਹ ਕਹਿੰਦੇ ਕੋਈ ਨਾ ਅੱਜ ਆਉਣਗੇ ਕੱਲ੍ਹ ਆਉਣਗੇ, ਰੋਜ਼ ਹੀ ਕਹਿੰਦੇ ਨੇ। ਫਿਰ ਜਦੋਂ ਮੈਂ ਕਿਹਾ ਵੀ ਮੈਂ ਪਿੰਡ ਜਾਣਾ, ਤੁਹਾਨੂੰ ਦੱਸੋ, ਫਿਰ ਉਹਨਾਂ ਨੇ ਦੱਸਿਆ ਵੀ ਇੱਦਾਂ ਕਰਕੇ ਉਹ ਚੱਲ ਗਏ ਵੀ ਤੈਨੂੰ ਛੱਡ ਗਏ। ਤੁਸੀਂ ਭੂਆ ਕਰੇ ਮਤਲਬ ਤੁਹਾਨੂੰ ਉਹ ਉੱਥੇ ਲੈ ਗਏ ਸੀ? ਹਾਂਜੀ ਹਾਂਜੀ, ਜਾਣ ਕੇ ਲੈ ਗਏ ਹੋਣਗੇ ਨਾ? ਹਾਂ, ਮੈਂ ਉੱਥੇ ਰਹਿ ਫਿਰ 2-3 ਮਹੀਨੇ, ਜਦੋਂ ਤੁਰਨ ਲੱਗ ਗਏ ਫਿਰ ਆਏ ਸੀਗਾ ਜੀ। ਸਾਰਾ ਪਰਿਵਾਰ ਵੇਖ ਲਓ ਚਲਾ ਗਿਆ ਦੁਨੀਆ ਤੋਂ, ਵੀ ਇੱਕ ਬਾਪ ਨੇ ਫਿਰ ਇਹ ਸੋਚਿਆ ਵੀ ਮੈਂ ਹੁਣ ਮੇਰਾ ਪੁੱਤਰ ਹੈਗਾ ਸ਼ਾਇਦ ਇਹ ਠੀਕ ਨਾ ਹੋਵੇ, ਵੀ ਉਹਨੇ ਇਹ ਸੋਚ ਲਿਆ ਉੱਥੇ ਜਾ ਕੇ ਹੋਸਪਿਟਲ। ਹਾਂਜੀ ਹਾਂ ਜੀ, ਉਹਨੂੰ ਇੱਦਾਂ ਸੀਗਾ ਜੀ, ਪਤਾ ਨਹੀਂ ਵੀ ਇੱਕ ਸੀਗਾ ਵੀ ਚੱਲ ਇਹ ਵੀ ਮੰਜੇ 'ਤੇ ਪਿਆ ਹੁਣ, ਅਤੇ ਮੈਨੂੰ ਉਹਦਾ ਹੌਂਸਲਾ ਸੀਗਾ ਉਹਦਾ ਸਾਰਾ ਸੀਗਾ ਜੀ। ਕਿੰਨੀ ਕੁ ਜ਼ਿਆਦਾ ਸੱਟ ਉਦੋਂ ਲੱਗੀ ਸੀ ਜਿਹੜਾ ਜਿਸ ਸਮੇਂ ਤੁਹਾਡਾ ਐਕਸੀਡੈਂਟ ਬਾਪੂ ਨੇ ਤੁਹਾਨੂੰ ਦੇਖਿਆ ਸੀ? ਮੇਰਾ ਭਾਅ ਟੁੱਟ ਗਿਆ ਸੀਗਾ ਜੀ ਬਿਲਕੁਲ ਹੀ। ਅੱਛਾ। ਗੋਡੇ ਦਾ ਹੋ ਗਿਆ ਸੀ ਆਪਰੇਸ਼ਨ। ਅੱਛਾ। ਅਤੇ ਪੈਰ ਦੀ ਸਰਜਰੀ ਹੋਈ ਤੀ ਮੇਰੀ ਕਾਫੀ ਜ਼ਿਆਦਾ ਜੀ। ਅਤੇ ਉਸ ਸਮੇਂ ਸ਼ਾਇਦ ਪੈਸੇ ਵੀ ਨਹੀਂ ਹੋਣੇ, ਬਾਪ ਸ਼ਾਇਦ ਤਾਂ ਵੀ ਇਹ ਚੀਜ਼ ਨੂੰ ਦੇਖ ਕੇ ਹੋਵੇਗਾ ਵੀ ਮੈਂ ਠੀਕ ਕਿਵੇਂ ਕਰਾਂਗਾ ਦੇ ਪੁੱਤਰ ਨੂੰ। ਹਾਂਜੀ ਹਾਂਜੀ, ਉਦੋਂ ਪੈਸੇ ਵੀ ਨਹੀਂ ਸੀ ਕੋਈ, ਇੰਨਾ ਮੇਰਾ ਕਬੱਡੀ ਦੇ ਵਿੱਚ ਨਾਮ ਵੀ ਨਹੀਂ ਸੀ, ਕੋਈ ਜਾਣਦਾ ਵੀ ਨਹੀਂ ਸੀ ਇੰਨਾ। ਅੱਛਾ। ਉਹਦੀ ਵੀ ਟੈਨਸ਼ਨ ਸੀ, ਫਿਰ ਚਲੋ ਰਿਸ਼ਤੇਦਾਰਾਂ ਨੇ ਕੁਝ ਥੋੜ੍ਹੀ ਜਿਹੀ ਜ਼ਮੀਨ ਸੀਗੀ ਉਹ ਵੇਚ ਵੂਚ ਕੇ ਫਿਰ ਇਲਾਜ ਕਰਵਾਇਆ ਜੀ। ਜ਼ਮੀਨ ਵੀ ਜਿਹੜੀ ਸੀ ਉਹ ਵੀ ਵੇਚ ਦਿੱਤੀ ਹੈ। ਹਾਂਜੀ। ਅਤੇ ਸਾਰਾ ਪਰਿਵਾਰ ਕਿੰਨੇ ਸਾਲ ਦੇ ਵਿੱਚ ਤੁਹਾਡੇ ਤੋਂ ਵਿਛੜ ਗਿਆ? ਲਾ ਲਓ ਜੀ ਤੁਸੀਂ 4 ਸਾਲ ਦੇ ਵਿੱਚ ਹੋ ਜੀ ਸਾਰਾ ਪਰਿਵਾਰ ਚਲਾ ਗਿਆ। ਹਾਂਜੀ। ਅਤੇ ਬਿੱਟੂ ਫਿਰ ਜਦੋਂ ਜਾਣਾ ਜਿੰਦਰੇ ਲਾ ਕੇ, ਤਾਂ ਇਹੀ ਕਹਾਣੀ ਹੈ ਜਿੰਦਰੇ ਖੋਲਨੇ ਆ ਕੇ। ਹਾਂਜੀ ਹਾਂਜੀ। ਅਤੇ ਭਰਾ ਜਿਹੜਾ ਸੀ ਉਹ ਵੀ ਕੋਈ ਕਬੱਡੀ ਖੇਡਦਾ ਸੀ ਪਰਿਵਾਰ 'ਚ, ਹੋਰ ਕਿਸੇ ਨੂੰ ਸ਼ੌਂਕ ਸੀ ਵੀ ਬਿੱਟੂ ਨੂੰ ਆਪਾਂ ਅੱਗੇ ਲੈ ਕੇ ਜਾਣਾ ਵਰਲਡ ਲੈਵਲ ਤੱਕ ਖਿਡਾਉਣਾ ਕਬੱਡੀ? ਭਰਾ ਜੀ ਮੇਰਾ ਉੱਦਾਂ ਪਿੰਡ ਪੁੰਡ ਖੇਡ ਲੈਂਦਾ ਸੀਗਾ ਜੀ, ਮੈਚ ਮੂਚ ਤਾਂ ਨਹੀਂ ਖੇਡਦਾ ਸੀ, ਉਹਨੂੰ ਸ਼ੌਂਕ ਸੀਗਾ ਕਬੱਡੀ ਦਾ ਬਹੁਤ ਹੀ। ਅੱਛਾ। ਅਤੇ ਉਹ ਮੈਨੂੰ ਬਹੁਤ ਕਹਿੰਦਾ ਸੀ ਵੀ ਤੂੰ ਖੇਡ ਜੀ। ਅੱਛਾ। ਕਾਫੀ ਜ਼ਿਆਦਾ, ਉਦੋਂ ਮੈਨੂੰ ਇੰਨਾ ਹੁੰਦਾ ਨਹੀਂ ਸੀਗਾ ਕਬੱਡੀ ਦਾ ਜੀ, ਮੇਰੇ ਡੈਡੀ ਨੂੰ ਵੀ ਸੀਗਾ ਵੀ ਤੂੰ ਖੇਡਿਆ ਕਰ, ਹੈ ਨਾ, ਕਿਉਂਕਿ ਮੈਂ ਪਹਿਲੇ ਦਿਨ ਸਰੀਰ ਪੱਖੋਂ ਚਲੋ ਹੈਲਦੀ ਜਿਹਾ ਚਲਾ ਲਓ ਨਾ, ਉਹਨਾਂ ਨੇ ਇਹ ਸੀਗਾ ਵੀ ਤੂੰ ਕੁਛ ਕਰੇਂਗਾ ਸਾਨੂੰ ਪਤਾ। ਅਤੇ ਜਦੋਂ ਫਿਰ ਭਰਾ ਦੀ ਐਕਸਪਾਇਰ ਹੋ ਗਈ, ਫਿਰ ਮੇਰੇ ਮਨ 'ਚ ਇੱਦਾਂ ਹੋ ਗਿਆ ਵੀ ਮਤਲਬ ਭਰਾ ਕਹਿੰਦਾ ਸੀ ਕਬੱਡੀ ਖੇਡਿਆ ਖੇਡਾਂ ਜੀ, ਮੈਨੂੰ ਬਹੁਤ ਜ਼ੋਰ ਕਰਦਾ ਲਾਉਂਦਾ ਸੀਗਾ ਜੀ। ਕਈ ਵਾਰੀ ਭਰਾ ਮਤਲਬ ਉਂਗਲ ਫੜ ਕੇ ਵੀ ਨਾਲ ਲੈ ਕੇ ਜਾਂਦਾ ਨਾ ਵੀ ਬਿੱਟੂ ਚੱਲ ਕੇ ਚੱਲੀਏ ਖੇਡਣ। ਹਾਂਜੀ ਹਾਂ, ਮੈਨੂੰ ਧੱਕੇ ਨਾਲ ਸ਼ਾਮ ਨੂੰ ਲੈ ਕੇ ਜਾਣਾ ਜੀ, ਮੈਨੂੰ ਗਰਾਊਂਡ 'ਚ ਲੈ ਜਾਣਾ, ਖੇਡ ਇੱਥੇ ਲਾਗੇ ਸਾਡੇ ਟੂਰਨਾਮੈਂਟ ਹੋਣਾ ਕਿਤੇ ਵੀ, ਜਿਵੇਂ ਘਨੁੜਕੀ ਹੁੰਦਾ ਸੀਗਾ ਸਾਡੇ, ਉੱਥੇ ਮੈਨੂੰ ਲੈ ਕੇ ਜਾਣਾ ਵੀ ਉਹਨੂੰ ਇਹ ਸੀਗਾ ਵੀ ਚਲੋ ਮੈਚ ਦੇਖੂਗਾ ਇਹ, ਇਹਨੂੰ ਹੋਰ ਉੱਚੀ ਉਹ ਖੇਡੂਗਾ। ਅੱਛਾ। ਉਹਦੇ ਕਰਕੇ ਅਤੇ ਭਰਾ ਕਦੇ ਗਾਲਾਂ ਵੀ ਕੱਢਦਾ ਹੋਣਾ ਵੀ, ਉਹ ਵੀ ਗਾਲਾਂ ਵੀ ਯਾਦ ਆਉਂਦੀਆਂ ਹੋਣੀਆਂ। ਹਾਂਜੀ ਹਾਂਜੀ, ਬਥੇਰਾ ਗਾਲਾਂ ਵੀ ਕੱਢਦਾ ਸੀਗਾ ਜੀ, ਅਤੇ ਤਾੜਦਾ ਵੀ ਸੀ ਬਥੇਰਾ ਵੀ ਤੂੰ ਖੇਡ, ਹੈ ਨਾ, ਪਰ ਮੈਨੂੰ ਉਹ ਜ਼ਿਆਦਾ ਸੀਰੀਅਸ ਨਹੀਂ ਲੈਂਦਾ ਸੀ ਜਦੋਂ ਮੈਂ, ਫਿਰ ਉਸ ਜਦੋਂ ਚਲੇ ਗਏ ਫਿਰ ਉਸ ਤੋਂ ਐਂ ਹੋ ਗਿਆ ਬਸ ਹੁਣ ਖੇਡਣਾ ਹੀ, ਹੋਰ ਕੁਛ ਕਰਨਾ ਹੀ ਨਹੀਂ। ਭਰਾ ਦੀ ਉਹ ਵੀ ਗੱਲਾਂ ਯਾਦ ਆਈ ਜਦੋਂ ਬੰਦਾ ਛੋਟੇ ਹੁੰਦੇ ਇੱਕ ਦੋ ਚੱਪਲਾਂ ਮਾਰਦੇ ਸੀ, ਕਈ ਵਾਰੀ ਮਾਂ ਪਿਓ ਦੇ ਘਰੇ ਲੜ ਕੇ ਹੈਗਾ ਘਰੋਂ ਬਾਹਰ ਪੈਂਦੇ, ਉਦੋਂ ਇਹੀ ਲੜਾਈਆਂ ਹੁੰਦੀਆਂ ਸੀ। ਹਾਂਜੀ ਹਾਂਜੀ, ਇਹ ਤਾਂ ਹੈ ਜੀ, ਅਸੀਂ ਖੇਡਣ ਪਿੱਛੇ ਹੁੰਦੇ ਤੇ ਜ਼ਿਆਦਾਤਰ ਜੀ, ਜੇ ਮੈਂ ਗੁਰਾਂ ਪਰਾਂ ਕਿਤੇ ਚੱਲ ਜਾਂਦਾ ਖੇਡਣ ਨਾ ਜਾਂਦਾ, ਜਦੋਂ ਗਰਾਊਂਡ ਆ ਕੇ ਫਿਰ ਮੇਰੇ ਮਗਰ ਪੈ ਜਾਣਾ ਜੀ, ਤੂੰ ਅੱਜ ਕਿੱਥੇ ਗਿਆ ਸੀਗਾ, ਮੈਂ ਅੱਜ ਘਰੇ ਨਹੀਂ, ਤੂੰ ਟਲ ਗਿਆ ਗਰਾਊਂਡ, ਤੂੰ ਗਿਆ ਨਹੀਂ, ਇੱਦਾਂ ਬੋਲਣਾ ਜੀ। ਉਹ ਸਾਰੀਆਂ ਯਾਦਾਂ ਹੁਣ ਯਾਦ ਆਉਣਾ ਵੀ ਭਰਾ ਕੀ ਹੁੰਦੇ ਨੇ ਨਾ। ਹਾਂਜੀ ਹਾਂਜੀ, ਇਹ ਤਾਂ ਹੈ ਜੀ। ਚਲ ਬਿੱਟੂ, ਤੁਹਾਡੀ ਜਿਹੜੀ ਹੈਗੀ ਇੰਨੀ ਭਾਵੁਕ ਸਟੋਰੀ ਹੈਗੀ, ਜਿਹਨੂੰ ਸੁਣ
ਸਾਰੇ ਕਰਨੇ ਮੈਂ ਸਕੂਲ ਚਲ ਜਾਣਾ ਯਾਰ। ਅਤੇ ਇਹ ਕਮਰੇ ਦੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜਿਹੜੀ ਕਹਾਣੀ ਹੈਗੀ ਹੈ, ਇਹ ਬਿੱਟੂ ਦਾ ਜਿਹੜਾ ਪਰਿਵਾਰ ਜਿਸ ਦੇ ਵਿੱਚ ਤਿੰਨ ਜਿਹੜੇ ਮੈਂਬਰ ਜਿਹੜੇ ਦੁਨੀਆ ਤੋਂ ਚਲੇ ਗਏ ਉਹ ਇਸੇ ਕਮਰੇ ਦੇ ਵਿੱਚ ਚਾਰੇ। ਇਹ ਮੰਜੀ ਵੀ ਵੱਡੀ ਪਈ ਹੋਈ ਹੈ, ਇੱਕ ਇਹ ਮੰਜੀ ਵੀ ਸਪੈਸ਼ਲੀ ਲੱਗੀ ਜਿਵੇਂ ਵੱਡੇ ਪਰਿਵਾਰ ਦੇ ਹਿਸਾਬ ਨਾਲ ਬਣੀ ਹੁੰਦੀ ਹੈ। ਹਾਂਜੀ ਹਾਂਜੀ ਉਹ ਹਿਸਾਬ ਨਾਲ, ਮਤਲਬ ਇਹਦੇ 'ਤੇ ਮੇਰੇ ਨਾਲ ਤਿੰਨ ਚਾਰ ਜਣੇ ਸੌ ਜਾਂਦੇ ਹੋਣਗੇ ਨਾ, ਜਣੇ ਸੌ ਜਾਂਦੇ ਜੀ। ਅਤੇ ਮਾਤਾ ਦੇ ਨਾਲ ਜਿਹੜਾ ਹਰ ਇੱਕ ਨੂੰ ਸੌਣ ਦਾ ਹੁੰਦਾ, ਮਾਂ ਦੇ ਨਾਲ ਜੱਫੀ ਪਾ ਕੇ ਸੌਂਦਾ, ਇਹਨਾਂ ਮੰਜੀਆਂ 'ਤੇ ਤਾਂ ਤੁਸੀਂ ਤੁਹਾਨੂੰ ਅੱਜ ਵੀ ਯਾਦ ਆਉਂਦਾ ਹੋਣਾ। ਹਾਂਜੀ ਹਾਂਜੀ ਬਹੁਤ ਹੀ ਇਕੱਠੇ ਪਏ ਹੁੰਦੇ ਸੀਗੇ ਜੀ, ਬਸ ਉਦੋਂ ਨਾ ਮੰਮੀ ਨਾਲ ਪਏ ਹੁੰਦੇ, ਨਾ ਸਰਦੀ ਲੱਗਦੀ ਨਾ ਗਰਮੀ ਲੱਗਦੀ, ਬਸ ਇੰਨਾ ਚਾਹ ਹੁੰਦਾ ਜੀ। ਹੁਣ ਉਹੀ ਜਿਵੇਂ ਕਹਿੰਦੇ ਨੇ ਸਰਦੀ ਵੀ ਅਤੇ ਗਰਮੀ ਵੀ ਅਤੇ ਦੁੱਖ ਵੀ, ਬਸ ਵੀ ਘਰ ਆਉਂਦਾ ਵੀ ਇੱਕ ਮਾਂ ਹੁੰਦੀ, ਮਾਂ ਨੇ ਹਮੇਸ਼ਾ ਪੁੱਛਣਾ ਪੁੱਤਰ ਰੋਟੀ ਖਾਧੀ ਨਹੀਂ ਖਾਧੀ, ਉਹਨੇ ਕਦੇ ਇਹ ਨਹੀਂ ਪੁੱਛਣਾ ਵੀ ਕਮਾਈ ਕਿੰਨੀ ਕਰਕੇ, ਕਮਾਈ ਕਿੰਨੀ ਕਰਕੇ। ਹਾਂਜੀ ਉਹ ਮਾਂ ਨੂੰ ਤਾਂ ਹੁੰਦੀ ਨਹੀਂ ਹੈਗਾ ਆਪਣੇ ਬੱਚਿਆਂ ਦਾ ਪੈਸਿਆਂ ਦਾ ਵੀ ਕੀ ਕਮਾਉਂਦਾ ਕਿੰਨਾ, ਬਸ ਉਹਨੂੰ ਇਹ ਹੁੰਦਾ ਮੇਰੇ ਬੱਚੇ ਖੁਸ਼ ਰਹਿਣ ਜਿੱਥੇ ਵੀ ਰਹਿਣ। ਬਿਲਕੁਲ ਇਹ ਕਮਰਾ ਹੈਗਾ, ਤੁਸੀਂ ਵੇਖੋ ਇਹਨਾਂ ਕਮਰਿਆਂ 'ਚ ਹੀ ਐਡਾ ਵੱਡਾ ਕਬੱਡੀ ਪਲੇਅਰ ਹੈਗਾ ਜਿਹੜਾ ਗੁਜ਼ਾਰਾ ਕਰ ਰਿਹਾ, ਉੱਥੇ ਹੀ ਸਾਰਾ ਜਿਹੜਾ ਸਾਜੋ ਸਮਾਨ ਹੁੰਦਾ ਘਰ ਦਾ, ਆਲੂ ਪਿਆਜ਼ ਗੰਢੇ ਜਿਹੜਾ ਬਿੱਟੂ ਖੁਦ ਹੱਥਾਂ ਨਾਲ ਬਣਾਉਂਦੇ ਨੇ ਅਤੇ ਖਾਂਦੇ ਨੇ, ਜਿਹੜੀਆਂ ਉੱਪਰ ਉਹੀ ਬਾਲੇ ਦੀ ਛੱਤਾਂ, ਬਿੱਟੂ ਛੱਤਾਂ ਵੀ ਚੋਂਦੀਆਂ ਹੋਣਗੀਆਂ ਜਦੋਂ ਬਾਰਿਸ਼ ਹੁੰਦੀ ਹੋਏਗੀ। ਹਾਂਜੀ ਹਾਂ ਜਦੋਂ ਬਾਰਿਸ਼ ਹੁੰਦੀ ਆ ਉਦੋਂ ਹੁੰਦੀਆਂ ਨੇ ਜੀ, ਚੋਂਦੀਆਂ ਨੇ ਜੀ, ਬਹੁਤ ਮੁਸ਼ਕਿਲ ਹੋ ਜਾਂਦੀ ਆ। ਫਿਰ ਲਿਪਣੀਆਂ ਵੀ ਆਪ ਹੀ ਪੈਂਦੀਆਂ ਹੋਣਗੀਆਂ, ਜਾ ਕਿਸੇ ਸੱਜਣ ਦੋਸਤ ਨੂੰ ਬੁਲਾਉਣਾ ਪੈਂਦਾ ਹੋਏਗਾ। ਹਾਂਜੀ ਜਾਂ ਭੂਆ ਵਗੈਰਾ ਆ ਜਾਂਦੇ ਨੇ, ਉਹ ਕਰ ਦਿੰਦੇ ਨੇ ਜੀ, ਉਹ ਕਰ ਦਿੰਦੇ ਨੇ। ਹਾਂਜੀ ਹਾਂਜੀ ਅਤੇ ਸਾਰਾ ਜਿਹੜਾ ਹੈਗਾ ਘਰ ਦਾ, ਹੋਰ ਕੋਈ ਮੱਝਾਂ ਡੰਗਰ ਰੱਖੇ ਹੋਏ ਨੇ ਸਰੀਰ ਵਾਸਤੇ ਸਿਹਤ ਪਾਲਣ ਲਈ? ਨਹੀਂ ਹੁਣ ਨਹੀਂ ਰੱਖੇ ਹੋਏ, ਪਹਿਲਾਂ ਭਰਾ ਹੁੰਦਾ ਸੀ ਉਦੋਂ ਰੱਖੇ ਹੋਏ ਸੀ, ਸਾਰਾ ਕੁਛ ਹੁੰਦਾ ਸੀਗਾ। ਅੱਛਾ ਅੱਛਾ ਪਰ ਹੁਣ ਨਹੀਂ ਹੈਗੇ ਜੀ। ਬਿੱਟੂ ਦੇ ਅਸੀਂ ਘਰ ਦਾ ਤੁਹਾਨੂੰ ਹੋਰ ਵੀ ਉਹ ਜਗ੍ਹਾ ਦਿਖਾਉਂਦੇ ਹਾਂ। ਬਿੱਟੂ ਕਹਿੰਦਾ ਸੀ ਜਿੱਥੇ ਮੇਰੀ ਮਾਤਾ ਸਾਨੂੰ, ਜਦੋਂ ਅਸੀਂ ਭਰਾ ਦੋਵੇਂ ਕੰਮ 'ਤੇ ਜਾਂਦੇ ਸੀ ਜਾਂ ਮੇਰਾ ਭਰਾ ਕਬੱਡੀ ਖੇਡਦਾ ਸੀ ਤਾਂ ਉਸ ਸਮੇਂ ਅਸੀਂ ਉੱਥੇ ਬਹਿ ਕੇ ਮਾਂ ਸਾਨੂੰ ਰੋਟੀਆਂ, ਅਤੇ ਮੈਂ ਅੱਜ ਵੀ ਜਦੋਂ ਜਾਂਦਾ ਤਾਂ ਉਹ ਜਗ੍ਹਾ 'ਤੇ ਕੁਝ ਅਜਿਹਾ ਕਰਕੇ ਜਾਂਦਾ ਜਿਹੜੇ ਮੈਨੂੰ ਯਾਦ ਦਿਲਾਉਂਦਾ। ਬਿੱਟੂ ਜਿਹੜਾ ਇਹ ਚੁੱਲ੍ਹਾ ਇੱਕ ਅੱਜ ਦੇ ਸਮੇਂ ਵਿੱਚ ਤਾਂ ਵੈਸੇ ਹੀ ਗਾਇਬ ਹੋ ਚੁੱਕੇ ਨੇ, ਤੁਸੀਂ ਥੋੜ੍ਹਾ ਸ਼ਾਮੇ ਆ ਜਾਓ ਇੱਥੇ। ਫਿਰ ਮਾਂ ਦੇ ਜਦੋਂ ਇੱਥੋਂ ਲੰਘਦੇ ਫਿਰ ਇੱਥੇ ਕਿਵੇਂ ਯਾਦ ਕਰਕੇ ਜਾਂਦੇ ਲੰਘਦੇ, ਇੱਥੇ ਮਾਤਾ ਬੈਠੀ ਹੁੰਦੀ ਸੀ? ਹਾਂਜੀ ਹਾਂ ਇਹ ਤਾਂ ਹੈ ਜੀ, ਉਹ ਜਾਈਦਾ ਮੈਚ ਵਗੈਰਾ 'ਤੇ ਸਿਰ ਝੁਕਾ ਕੇ ਜਾਂ ਮਤਲਬ ਕਿ ਮਨ 'ਚ ਰਿਸਪੈਕਟ ਰੱਖ ਕੇ ਮੱਥਾ ਟੇਕ ਕੇ ਜਾਈਦਾ ਵੀ ਚਲੋ, ਉਹ ਤਾਂ ਨਹੀਂ ਹੈਗੇ ਉਹਨਾਂ ਦੇ ਇੱਥੇ ਪੈੜਾਂ, ਉਹਨਾਂ ਦਾ ਆਸ਼ੀਰਵਾਦ ਲੈ ਕੇ ਜਾਈਦਾ ਜੀ। ਬਿਲਕੁਲ ਬਿਲਕੁਲ, ਅਤੇ ਉਦੋਂ ਬਿੱਟੂ ਇੱਥੇ ਮੱਥਾ ਟੇਕਦਾ ਵੀ ਮਾਤਾ ਅੱਜ ਫਿਰ ਮੈਂ ਜਿੱਤ ਕੇ ਆਵਾਂ। ਹਾਂਜੀ ਹਾਂ, ਔਰ ਮਾਤਾ ਵੀ ਸ਼ਾਇਦ ਵੇਖਦੇ ਤਾਂ ਪਏ ਹੋਣਗੇ ਬਿੱਟੂ, ਚਲੋ ਕਦੇ ਸੁਪਨੇ ਦੇ ਵਿੱਚ ਵੀ ਆਏ ਹੋਣਗੇ ਬਿੱਟੂ ਲੱਗਿਆ ਰਹੇ ਪਿਛਾ ਨਾ ਮੁੜੀ ਕਦੇ। ਹਾਂਜੀ ਕਦੇ ਆਇਆ ਪਰਿਵਾਰ ਦਾ ਕੋਈ ਜੀਵ ਸੁਪਨੇ 'ਚ ਵੀ ਜਦੋਂ ਉਹਨੇ ਕਿਹਾ ਹੋਵੇ ਬਿੱਟੂ ਲੱਗਿਆ ਰਹੇ ਜ਼ਿੰਦਗੀ ਅਸੀਂ ਤੇਰੇ ਨਾਲ ਖੜੇ ਹਾਂ ਕਦੇ? ਮਨੋ ਮਣੀ ਹੌਸਲਾ ਬਹੁਤ ਮਿਲਦਾ ਜੀ, ਪਤਾ ਨਹੀਂ ਕੀ ਆ ਇੱਕ ਬੰਦੇ ਨੇ ਰੱਬ ਵੱਲੋਂ ਕੁਛ ਇੱਦਾਂ ਦਾ ਇੱਕ ਮਨ 'ਚ ਕਦੇ ਨਾ ਤਾਂ ਹੌਸਲਾ ਡਿੱਗਿਆ ਨਹੀਂ ਕਦੇ ਮੇਰਾ ਜੀ, ਮੈਨੂੰ ਐਂ ਹੁੰਦਾ ਹਮੇਸ਼ਾ ਬਸ ਖੇਡਾਂ ਅਤੇ ਕੁਛ ਕਰਾਂ ਅਤੇ ਆਪਣੇ ਮਾਂ ਪਿਓ ਦਾ ਸੁਪਨਾ ਪੂਰਾ ਕਰਾਂ। ਬਿਲਕੁਲ ਹਰ ਇੱਕ ਦਾ ਸੁਪਨਾ ਹੁੰਦਾ, ਸਾਰੀਆਂ ਉਹੀ ਜਗ੍ਹਾ ਹੁੰਦੀਆਂ ਨੇ। ਅਸੀਂ ਬਿੱਟੂ ਦੇ ਤੁਹਾਨੂੰ ਕਮਰੇ 'ਚ ਲੈ ਕੇ ਜਾਂਦੇ ਹਾਂ ਇੱਕ, ਜਿੱਥੇ ਕਮਰੇ 'ਚ ਜਿਹੜੇ ਅਵਾਰਡ ਹੁੰਦੇ ਨੇ ਜਿਹੜੇ ਬਿੱਟੂ ਨੇ ਆਪਦੀ ਜ਼ਿੰਦਗੀ ਦੇ ਵਿੱਚ ਇਹ ਸਾਰੇ ਅਵਾਰਡ ਜਿੱਤੇ ਨੇ, ਅਸੀਂ ਉਹ ਕਮਰੇ ਦੇ ਵਿੱਚ ਵੀ ਤੁਹਾਨੂੰ ਲੈ ਕੇ ਜਾਂਦੇ ਹਾਂ ਜਿੱਥੇ ਵੱਡਾ ਕਮਰਾ ਜਿਹੜਾ ਇੱਕ ਹੈਗਾ ਜਿੱਥੇ ਸਾਰੇ ਜ਼ਿੰਦਗੀ ਦੀ ਜਿਹੜੀ ਕਮਾਈ ਹੈਗੀ ਹੈ ਉਹ ਵੱਡੇ ਵੱਡੇ ਜਿਹੜੇ ਅਵਾਰਡ ਇੱਥੇ ਪਏ ਨੇ ਜਿਹੜੇ ਬਿੱਟੂ ਨੇ ਆਪਦੀ ਜ਼ਿੰਦਗੀ ਦੇ ਵਿੱਚ ਕਮਾਏ ਨੇ। ਕਬੱਡੀ ਟੂਰਨਾਮੈਂਟ ਦਾ ਜਿਹੜਾ ਵਿਸ਼ੇਸ਼ ਜਿਹੜੇ ਇਨਾਮ ਹੈਗੇ ਨੇ ਬਿੱਟੂ ਨੇ ਆਪਦੀ ਜ਼ਿੰਦਗੀ 'ਚ ਲਏ ਨੇ। ਬਿੱਟੂ ਇਹ ਸਾਰਾ ਜਿਹੜਾ ਹੈਗਾ ਇਹ ਸਾਰੀ ਕਬੱਡੀ ਦੇ ਮਿਹਰਬਾਨ ਹੈ ਜੀ? ਹਾਂਜੀ ਇਹ ਬਸ ਕਬੱਡੀ ਦੀ ਦੇਣ ਹੈ ਜੀ, ਕਬੱਡੀ ਕਰਕੇ ਜੀ ਸਾਰਾ ਕੁਛ, ਕਬੱਡੀ ਖੇਡਿਆ ਜਿੱਤੇ ਆ ਜੋ ਸਨਮਾਨ ਸਾਰੇ ਉਹਦੇ ਵਿੱਚ ਹੋਇਆ ਉਹਦੇ ਵਿੱਚ ਮਿਲਿਆ ਜੀ। ਅਤੇ ਬਿੱਟੂ ਐਕਸੀਡੈਂਟ ਵੀ ਤੁਹਾਡੇ ਹੋਏ, ਤੁਸੀਂ ਫਿਰ ਵੀ ਪੂਰੀ ਆਪਦੀ ਜਿੰਦ ਜਾਨ ਲਗਾ ਕੇ ਰੱਖੀ, ਮਤਲਬ ਪੰਜਾਬ ਦੇ ਵਿੱਚ ਨਾਮ ਬਣਾਉਣਾ, ਪੰਜਾਬ ਨੂੰ ਤਗਮਿਆਂ ਤੱਕ ਲੈ ਕੇ ਜਾਣਾ, ਅਸੀਂ ਉਹ ਵੀ ਦੇਖਾਂਗੇ। ਤੁਸੀਂ ਅੱਗੇ ਦਿਖਾ ਰਹੇ ਸੀ ਜਿਹੜੇ ਤੁਹਾਡੇ ਜ਼ਖਮ, ਵੱਡੇ ਜ਼ਖਮ ਹੋਏ, ਉਹ ਵੀ ਤੁਹਾਡੀ ਸੱਟਾਂ ਵੀ ਦੇਖਣਾ ਚਾਹਵਾਂਗੇ। ਹਾਂਜੀ ਹਾਂ, ਉਹ ਮੇਰਾ ਦੂਜੀ ਵਾਰੀ ਐਕਸੀਡੈਂਟ ਹੋਇਆ ਸੀ ਨਾ ਜਦੋਂ 2017 'ਚੋਂ। ਅੱਛਾ, ਉਦੋਂ ਬਾਅਦ ਲੱਤ 'ਤੇ ਪੈ ਗਿਆ ਸੀ ਕਾਫੀ ਜ਼ਿਆਦਾ ਜੀ। ਇਹ ਤਾਂ ਯਾਰ ਬੜਾ ਵੱਡਾ ਖੱਡਾ ਪਿਆ ਹੋਇਆ ਅੱਜ ਵੀ। ਇਹ ਟੁੱਟ ਗਈ ਸੀ ਲੱਤ ਬਿਲਕੁਲ ਹੀ, ਹੱਡੀ ਟੁੱਟ ਕੇ ਬਾਹਰ ਆ ਗਈ ਸੀ ਜੀ। ਅੱਛਾ। ਹਾਂਜੀ ਹਾਂ, ਹੱਡੀ ਟੁੱਟ ਕੇ ਬਾਹਰ ਆ ਗਈ ਸੀ, ਸਾਰਾ ਆਪਰੇਸ਼ਨ ਹੋਇਆ ਸੀਗਾ ਜੀ, ਆ ਮਗਰੋਂ ਹੋਈ ਸੀਗਾ ਕਾਫੀ ਜ਼ਿਆਦਾ ਜੀ। ਇਹਦਾ ਬਹੁਤ ਵੱਡੇ ਖੱਡੇ ਤਾਂ ਜਿਵੇਂ ਇੰਚ ਦੋ ਦੋ ਇੰਚ ਖੱਡੇ ਹੀ ਪਏ ਹੋਏ ਨੇ। ਇਹ ਤਾਂ ਬਹੁਤ ਜ਼ਿਆਦਾ ਡੂੰਘੇ ਸੀ ਵਾਲੇ ਭਰ ਗਏ ਜੀ ਕੁਛ। ਫਿਰ ਜਦੋਂ ਪਹਿਲੀ ਵਾਰੀ ਐਕਸੀਡੈਂਟ ਹੋਇਆ ਜੀ ਉਦੋਂ ਮੇਰੇ ਆਹ ਪੱਟ ਦੇ ਗੋਡੇ ਦੀ ਚੱਪੇ ਟੁੱਟ ਗਈ ਸੀ। ਇਹਨੇ ਤਸੀਹੇ ਪਰਮਾਤਮਾ ਨੇ ਦਿੱਤੇ ਯਾਰ, ਕਮਾਲ, ਜਿਵੇਂ ਇੱਕ ਘਰ ਨੂੰ ਹੀ ਜਿਵੇਂ ਇੱਕ ਟੀਚਾ ਬਣਾ ਲਿਆ ਵੀ ਸਾਰਾ ਕੁਛ ਇੱਥੇ ਹੀ ਸੁੱਟੀ ਜਾਣਾ ਹੈ।
ਬਸ ਜੀ ਕਿਸਮਤ ਦੀਆਂ ਗੱਲਾਂ ਜੀ। ਇਹ ਜਿਹੜਾ ਪਹਿਲਾ ਐਕਸੀਡੈਂਟ ਤੋਂ ਬਾਪ ਦੀ ਡੈਥ ਹੋਈ ਸੀ ਇਹ ਦੇਖਿਆ? ਹਾਂਜੀ ਹਾਂਜੀ, ਪਰ ਟੁੱਟ ਗਿਆ ਸੀ ਮੇਰਾ ਗੋਡਾ। ਕਿਵੇਂ ਬਾਪ ਕਿਵੇਂ ਸਹਾਰ ਲੈਂਦਾ ਵੀ ਐਡਾ ਵੱਡਾ ਝੋਟਿਆਂ ਵਰਗਾ ਪੁੱਤ ਹੋਵੇ ਤਾਂ ਇਹ ਜਿਹੀਆਂ ਸੱਟਾਂ ਨੂੰ ਪਤਾ ਵੀ ਸ਼ਾਇਦ ਹੁਣ ਇਹ ਕੰਮ ਕਬੱਡੀ ਖੇਡ ਵੀ ਪਾਵੇ ਕਿ ਨਾ ਖੇਡ ਪਾਵੇ। ਹਾਂਜੀ ਹਾਂ, ਵੀ ਲੱਤਾਂ 'ਤੇ ਵੀ ਖੜਾ ਹੋਵੇ ਕਿ ਨਾ ਹੋਵੇ ਵੀ ਨਹੀਂ ਪਤਾ ਸੀ ਉਸ ਸਮੇਂ ਤਾਂ। ਉਸ ਟਾਈਮ ਮੈਨੂੰ ਥੋੜ੍ਹੀ ਥੋੜ੍ਹੀ ਹੋਸ਼ ਸੀ ਜਦੋਂ ਆਏ ਸੀ ਉਹ ਬਸ। ਅੱਛਾ, ਬਸ ਮੇਰੀ ਛਾਤੀ 'ਤੇ ਰੱਖ ਰਹੇ ਸੀ, ਰੋ ਰਹੇ ਸੀ ਜੀ ਬਾਪੂ। ਥੋੜ੍ਹੀ ਥੋੜ੍ਹੀ ਹੋਸ਼ ਸੀ ਬਸ ਉਹ। ਅੱਛਾ, ਛਾਤੀ 'ਤੇ ਰੱਖ ਰੋ ਰਹੇ ਸੀ ਅਤੇ ਬਾਪੂ ਫਿਰ ਤੁਹਾਨੂੰ ਰੋਟੀ ਰਾਟੀ ਬਣਾ ਕੇ ਦਿੰਦੇ ਸੀ ਉਦੋਂ ਵੀ ਕਹਿੰਦੇ ਵੀ ਪੁੱਤਰ? ਹਾਂਜੀ ਹਾਂ, ਰੋਟੀ ਰੋਟੀ ਬਣਾ ਕੇ ਦੇਣਾ, ਦੁੱਧ ਦੱਧ ਵੀ ਦੇਣਾ ਜੀ। ਮੈਂ ਉਦੋਂ ਉਮਰ ਇੱਦਾਂ ਦੀ ਸੀ, ਮੈਂ ਦੁੱਧ ਦੱਧ ਸ਼ਾਮ ਨੂੰ ਪੀ ਕੇ ਮੈਂ ਭੁੱਲ ਜਾਣਾ। ਮੈਂ ਸਵੇਰ ਨੂੰ ਬਾਪੂ ਨੂੰ ਕਹਿਣਾ ਆਇਆ, ਬਾਪੂ ਤੂੰ ਮੈਨੂੰ ਦੁੱਧ ਨਹੀਂ ਦਿੱਤਾ ਡੈਡੀ, ਰਾਤ ਤੂੰ ਮੈਨੂੰ ਇੱਦਾਂ ਹੀ ਪਾ ਦਿੱਤਾ ਰੋਟੀ ਖਵਾ ਕੇ, ਤਾਂ ਉਹਨਾਂ ਨੇ ਕਹਿਣਾ ਨਹੀਂ ਰਾਤ ਤੂੰ ਪੀ ਕੇ ਸੋਇਆ। ਫਿਰ ਉਸ ਤੋਂ ਬਾਅਦ ਉਹ ਜਿਹੜਾ ਦੁੱਧ ਵਾਲਾ ਜੱਗ ਜਾਂ ਭਾਂਡੇ ਹੁੰਦੇ ਸੀ ਮੇਰੇ, ਰਾਤ ਨੂੰ ਸਿਰਾਣੇ ਰੱਖ ਦਿੰਦੇ ਸੀ। ਫਿਰ ਮੈਨੂੰ ਕਹਿਣਾ ਸਵੇਰ ਨੂੰ ਆਹ ਦੇਖ ਦੁੱਧ ਤੂੰ ਪੀ ਕੇ ਸੁੱਤਾ। ਉਹ ਵੀ ਫਿਰ ਪੈਸੇ ਕਿੱਥੋਂ ਲਿਆਉਂਦੇ ਹੋਣਗੇ ਨਾ ਤੁਹਾਨੂੰ ਖਵਾਉਣ ਪਿਆਉਣ ਦੇ? ਉਹ ਮਿਹਨਤ ਕਰਦੇ ਸੀ ਉਦੋਂ, ਉਹ ਵੀ ਆਪਦਾ ਕੰਮ ਵਗੈਰਾ ਕਰ ਲੈਂਦੇ ਸੀ, ਮਤਲਬ ਮਿਹਨਤ ਦਿਹਾੜੀ ਵਗੈਰਾ ਕਰਦੇ ਸੀ, ਦਿਹਾੜੀ ਬੜੀ ਮੱਝਾਂ ਮੁੱਝਾਂ ਦਾ ਕਰ ਲੈਂਦੇ ਸੀ ਬਸ। ਅਤੇ ਮਾਤਾ ਦੀਆਂ ਯਾਦਾਂ ਹੁਣ ਕਿਹੜੀਆਂ ਆਉਂਦੀਆਂ ਨੇ ਜਦੋਂ ਮਾਤਾ ਦਾ ਵੀ ਜਦੋਂ ਸਵੇਰੇ ਸਵੇਰੇ? ਹੁਣ ਬਿੱਟੂ ਨੂੰ ਇਹ ਹੁੰਦਾ ਕਿ ਜਿਹੜੀਆਂ ਘਿਓ ਦੀਆਂ ਚੂਰੀਆਂ ਹੁੰਦੀਆਂ ਨੇ ਕਬੱਡੀ ਪਲੇਅਰ ਨੂੰ ਲੋੜ ਹੁੰਦੀ ਹੈ, ਦੁੱਧ ਆਂਡੇ ਹਰ ਇੱਕ ਚੀਜ਼ ਦੀ ਲੋੜ ਹੁੰਦੀ ਹੈ, ਪੰਜੀਰੀਆਂ ਦੀ ਲੋੜ ਹੁੰਦੀ ਹੈ, ਹੁਣ ਉਹ ਕੌਣ ਖਵਾਉਂਦਾ? ਹੁਣ ਤਾਂ ਜੀ ਵੈਸੇ ਕੋਈ ਨਹੀਂ ਖਵਾਉਂਦਾ ਜੀ, ਹੁਣ ਤਾਂ ਬਸ ਰੋਟੀ ਆਈ ਮਾੜਾ ਮਾੜਾ ਗਲਾਸ ਦੁੱਧ ਦਾ ਪੀ ਲੈਂਦਾ ਜੀ ਬਸ ਜੀ। ਬਾਕੀ ਮਾਂ ਦੀਆਂ ਯਾਦਾਂ ਤਾਂ ਹਮੇਸ਼ਾ ਸਾਰੀ ਉਮਰ ਨਾਲ ਰਹਿੰਦੀਆਂ ਨੇ ਜੀ। ਹੁਣ ਬਾਹਰ ਚੱਲ ਜਾਣਾ ਜੀ, ਮੇਰੇ ਭਰਾ ਡੈਥ ਹੋ ਗਈ, ਉਦੋਂ ਬਾਅਦ 'ਚ ਮੈਂ ਕਦੇ ਬਾਹਰ ਤੋਂ ਚੱਲ ਜਾਂਦਾ ਜੇ ਘਰ ਨਾ ਆਉਂਦਾ ਤਾਂ ਮੰਮੀ ਨੇ ਗੇਟ 'ਚ ਹੀ ਖੜੇ ਰਹਿਣਾ ਉਹਨਾਂ ਟਾਈਮ ਜਿਹੜਾ ਟਾਈਮ ਆਉਂਦਾ ਨਾ ਜੀ, ਗੇਟ 'ਚ ਖੜੇ ਹੁੰਦੇ। ਹਾਂ, ਉਹ ਮੈਨੂੰ ਦੇਖੀ ਜਾਂਦੇ ਜਦੋਂ ਮੈਂ ਆਉਣਾ, ਫਿਰ ਅੰਦਰ ਆਉਣਾ ਉਹਨਾਂ ਨੇ। ਜਦੋਂ ਵੀ ਮੈਂ ਘਰ ਆਉਣਾ ਰੋਟੀ ਖਾਣੀ ਤਾਂ ਤਾਜ਼ੀ ਰੋਟੀ ਬਣਾ ਕੇ ਦੇਣੀ ਉਹਨਾਂ ਨੇ ਸਾਰਾ ਕੁਛ। ਅੱਛਾ, ਅਤੇ ਜਦੋਂ ਮਤਲਬ ਮਾਂ ਨੂੰ ਫਿਰ ਹੁੰਦਾ ਵੀ ਮੇਰੇ ਇੱਕ ਪੁੱਤਰ ਤਾਂ ਜ਼ਿੰਦਗੀ 'ਚ ਪਹਿਲਾਂ ਹੀ ਚਲਾ ਗਿਆ, ਦੂਜਾ ਇੱਕ ਬਿੱਟੂ ਹੀ ਰਹਿ ਗਿਆ? ਹਾਂਜੀ ਹਾਂਜੀ, ਪਿਆਰ ਸਾਨੂੰ ਦੋਨਾਂ ਨੇ ਬਹੁਤ ਕਰਦੇ ਸੀ ਮੰਮੀ, ਕਿਉਂਕਿ ਜਵਾਕ ਤਾਂ ਚਲੋ ਆਪਣੇ ਮਾਂ ਨੂੰ ਤਾਂ ਪਿਆਰ ਹੀ ਹੁੰਦੇ ਆ ਨਾ ਜੀ, ਅਤੇ ਸਾਡਾ ਵੀ ਬਹੁਤ। ਬਿੱਟੂ ਫਿਰ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਕਿਉਂਕਿ ਜੇ ਆਪਾਂ ਦਿਹਾੜੀ ਦਾ ਆਪਾਂ ਚਲੇ ਜਾਈਏ ਤਾਂ ਫਿਰ ਕਬੱਡੀ ਦੀ ਖੁਰਾਕ ਕਿਵੇਂ ਪੂਰੀ ਹੁੰਦੀ ਹੈ? ਹੁਣ ਕਬੱਡੀ ਤੁਸੀਂ ਖੇਡਦੇ ਹੋ, ਮੈਂ ਅਸੀਂ ਤੁਹਾਡੇ ਮੈਚ ਦੇਖਦੇ ਹਾਂ, ਤੁਹਾਡਾ ਮੈਦਾਨ 'ਚ ਅਜਿਹੀ ਕਮੈਂਟੇਟਰ ਇਹ ਕਹਿ ਰਹੇ ਹੁੰਦੇ ਨੇ ਵੀ ਬਿੱਟੂ ਘਰੇ ਵੀ ਇਕੱਲਾ ਅਤੇ ਕਬੱਡੀ 'ਚ ਵੀ ਇਕੱਲਾ ਹੀ ਕਹਿੰਦੇ ਛਾਇਆ ਹੁੰਦਾ। ਹਾਂਜੀ ਹਾਂ, ਮੈਚ ਤਾਂ ਜੀ ਹੁਣ ਮੇਰਾ ਕਬੱਡੀ ਆ ਜੀ, ਕਬੱਡੀ ਤੋਂ ਵੀ ਮੇਰਾ ਗੁਜ਼ਾਰਾ ਚੱਲਦਾ ਜੀ ਘਰ ਦਾ ਸਾਰਾ, ਅਤੇ ਹੁਣ ਮੈਚ ਬੰਦ ਨੇ ਜੀ ਆਪਣੇ ਸਾਰੇ, ਹੁਣ ਕਿਉਂਕਿ ਬਾਹਰ ਹੁੰਦੇ ਜੀ, ਹੁਣ ਅਗਲੇ ਮਹੀਨੇ ਅਗਸਤ ਸਤੰਬਰ 'ਚ ਮੈਚ ਚੱਲਣਗੇ ਜੀ ਆਪਣੇ ਇੱਧਰ, ਉਦੋਂ ਫਿਰ ਮੈਂ ਕਬੱਡੀ ਕੁੱਡੀ ਖੇਡ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਜੀ, ਦੋ ਪੈਸੇ ਉੱਥੋਂ ਆ ਜਾਂਦੇ ਆ, ਉੱਥੋਂ ਹੀ ਆਪਣਾ ਸਾਰਾ ਕੁਛ ਕਰਦਾ ਜੀ। ਐਡੀ ਮਹਿੰਗੀ ਗੇਮ ਨਹੀਂ ਹੈਗੀ, ਕਈ ਵਾਰੀ ਅਸੀਂ ਇਹ ਵੇਖੀਦਾ ਕਬੱਡੀ ਵਾਲੇ ਝੋਲੀ ਅੱਡ ਕੇ, ਕੱਪੜੇ ਦੀ ਝੋਲੀ ਅੱਡ ਕੇ 10-10 ਰੁਪਈਏ ਵੀ ਲੋਕ ਕਹਿੰਦੇ ਨਹੀਂ ਯਾਰ ਹੈ ਨਹੀਂ, ਖੁੱਲ੍ਹੇ ਨਹੀਂ ਹੈਗੇ, ਅੱਜ ਵੀ ਅਜਿਹਾ ਅਸੀਂ ਦੇਖਦੇ ਹਾਂ ਮੇਲਿਆਂ 'ਤੇ। ਹਾਂਜੀ ਹਾਂ, ਹੁੰਦਾ ਹੀ ਹੈ ਜੀ, ਇੱਦਾਂ ਬਹੁਤ ਕੁਛ ਹੈ, ਜਿੱਦਾਂ ਹੁਣ ਮੈਚ ਅਸੀਂ ਪਿੰਡ ਬਾਰ ਦੇ ਖੇਡਦੇ ਹਾਂ ਜਾਂ ਅਕੈਡਮੀਆਂ ਦੇ ਖੇਡਦੇ ਹਾਂ, ਚਲੋ ਫਿਰ ਤਾਂ ਕੁਛ ਨਾ ਕੁਛ 200-400 ਪੈ ਜਾਂਦਾ ਜੇਬ 'ਚ ਹੀ ਹਾਰਦੇ ਵੀ ਹਾਂ, ਅਤੇ ਜੇ ਪਿੰਡ ਬਾਰ ਖੇਡਦੇ ਹਾਂ ਜੀ, ਪਿੰਡ ਬਾਰ ਜੇ ਹਾਰਦੇ ਹਾਂ ਤਾਂ ਕੁਛ ਨਹੀਂ, ਪੱਲੋ ਹੀ ਪੈ ਜਾਂਦਾ ਜੀ ਪੈਸੇ ਸਮਾਂ 'ਤੇ। ਕਦੇ ਜ਼ਿੰਦਗੀ 'ਚ ਕੋਈ ਕਹਾਣੀ ਬੀਤੀ ਹੋਵੇ, ਕਦੇ ਬਿੱਟੂ ਨੂੰ ਲੱਗਿਆ ਹੋਵੇ ਯਾਰ ਦਿਲ ਟੁੱਟ ਗਿਆ ਅੱਜ ਨਹੀਂ ਖੇਡਣੀ, ਕਈ ਵਾਰ ਕਿਸੇ ਬੰਦਿਆਂ ਨੇ ਕਹਿ ਤਾ ਹੋਵੇ ਜਾਂ ਕੁਛ ਨੇ ਤਾਨਾ ਮੀਨਾ ਮਾਰਿਆ ਹੋਵੇ ਯਾਰ ਤੂੰ ਕਿੱਧਰ ਜਾਂ ਕੁਛ ਅਜਿਹਾ ਵੀ ਕਦੇ ਹੋਇਆ? ਨਹੀਂ, ਇੱਦਾਂ ਤਾਂ ਨਹੀਂ ਹੋਇਆ ਹੈਗਾ ਜੀ, ਕਦੇ ਕਦੇ ਹੋ ਜਾਂਦਾ ਸੀਗਾ ਵੀ ਜਿੱਤੀ ਜਾਂਦੇ ਤਾਂ ਨਹੀਂ ਪਤਾ, ਰੋਜ਼ ਜਿੱਤੀ ਜਾਂਦੇ ਜੀ, ਵਿੱਚ ਐਂ ਹੁੰਦੇ ਕਈ ਕਾਫੀ 2-2-3-3 ਮਹੀਨੇ ਲੰਘ ਜਾਂਦੇ ਸੀਗੇ ਵੀ ਜਿੱਤੇ ਵੀ ਨਹੀਂ ਜਾਂਦਾ ਸੀਗਾ ਜੀ, ਕਦੇ ਕਦੇ ਸੈਮੀ ਹਾਰ ਕੇ ਕਦੇ ਕਿੱਦਾਂ, ਪਰ ਉਦੋਂ ਮਨ ਜਾ ਮੁੜ ਜਾਣਾ ਵੀ ਯਾਰ ਨਾ ਹੁਣ ਕੁਛ। ਬਿੱਟੂ ਵੱਡਾ ਤਗਮਾ ਕਦੇ ਜਿੱਤਿਆ ਜ਼ਿੰਦਗੀ ਦਾ, ਜਿਹੜਾ ਜਦੋਂ ਜਿੱਤ ਕੇ ਬੰਦਾ ਕਹਿੰਦਾ ਘਰੇ ਫੋਨ ਕਰਾਂ ਹੁਣ ਅੱਜ ਬੜੀ ਵੱਡੀ ਜਿਹੜੀ ਮੈਂ ਮਾਰ ਮਾਰੀ ਹੈ? ਹਾਂਜੀ ਹਾਂ, ਬੈਸਟ ਨਿਕਲਿਆ ਸੀ ਜਦੋਂ ਪਹਿਲੀ ਵਾਰੀ ਮੈਂ ਸੋਨੇ ਦੀ ਰਿੰਗ ਜਿੱਤਿਆ ਸੀਗਾ ਜੀ, ਗੋਲਡ ਰਿੰਗ ਹੀ। ਅੱਛਾ, ਅਤੇ ਉਦੋਂ ਮੈਨੂੰ, ਮੈਂ ਪਹਿਲੀ ਵਾਰ ਨਿਕਲਿਆ ਸੀ, ਮੈਨੂੰ ਬੜਾ ਚਾਅ ਸੀਗਾ ਜੀ ਅੱਜ ਮੈਂ ਬੈਸਟ ਨਿਕਲਿਆ ਹੈ ਨਾ, ਅਤੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਇੱਕਦਮ ਉਦੋਂ ਹੀ ਫੋਨ ਚੱਕ ਲਿਆ, ਚੱਲ ਫੋਨ ਕਰਦੇ, ਮੈਂ ਸੋਚਿਆ ਯਾਰ ਫੋਨ ਕਰਾਂ ਵੀ ਕਿਹਨੂੰ ਹੈ ਨਾ, ਘਰ ਕੋਈ ਹੁੰਦਾ ਚਲੋ, ਜੋ ਉਸ ਟਾਈਮ ਭਰਾ ਹੁੰਦਾ ਮੰਮੀ ਡੈਡੀ ਹੁੰਦੇ ਉਹਨਾਂ ਨੂੰ ਦੱਸਦਾ ਤਾਂ ਉਹਨਾਂ ਦਾ ਚਾਅ ਨਹੀਂ ਚੱਕਿਆ ਜਾਣਾ ਸੀਗਾ ਜੀ, ਵੀ ਉਦੋਂ ਫੋਨ ਕੱਢਿਆ ਅਤੇ ਫੋਨ ਉਵੇਂ ਜੇਬ 'ਚ ਪਾ ਲਿਆ, ਜੇਬ 'ਚ ਪਾ ਲਿਆ ਜੀ। ਫਿਰ ਜੇ ਉਹ ਹੁੰਦੇ ਉਹਨਾਂ ਨੂੰ ਕਿੱਥੇ ਵਿਚਾਰੇ ਨੇ ਖੁਸ਼ੀ ਸਾਂਭੀ ਜਾਣੀ ਸੀ ਵੀ ਜਿਹੜੇ ਸੁਪਨੇ ਅਸੀਂ ਦੇਖੇ ਤੇ ਵੀ ਚਲੋ ਉਹਨਾਂ ਰਾਹਾਂ 'ਤੇ ਤੁਰ ਪਿਆ ਹੈ ਨਾ ਇਹ, ਪਰ ਉਦੋਂ ਬੜਾ ਬਿੱਟੂ ਨੇ ਸਾਰੇ ਰਸਤੇ ਚਾਹ 'ਚ ਜੰਪ ਮਾਰਦੇ ਆਉਣਾ ਸੀ ਮੋਟਰਸਾਈਕਲ 'ਤੇ, ਕਿੱਥੇ ਘਰੇ ਆਇਆ ਤੱਕ ਬਿੱਟੂ ਸ਼ਾਇਦ ਰੋਂਦਾ ਹੀ ਆਇਆ ਹੋਵੇ ਉਦੋਂ ਵੀ। ਹਾਂਜੀ ਹਾਂ, ਘਰੇ ਆ ਕੇ ਆਪ ਜਿੰਦੇ ਜਿੰਦੇ ਵਗੈਰਾ ਖੋਲ੍ਹੇ ਗਏ ਸਾਰੇ, ਉਹੀ ਕਿੱਥੇ ਘਰੇ ਆ ਕੇ ਹੱਲਾ ਸ਼ੀਰੀ ਦੇਣੀ ਉਹ ਹੁੰਦੇ ਹੈ ਨਾ, ਚੱਲ ਪੁੱਤ ਤੂੰ ਹੋਰ ਤਕੜਾ ਹੋਏ ਖੇਡ, ਚੀਜ਼ਾਂ ਦਾ ਫਰਕ ਪੈ ਜਾਂਦਾ।
ਬਿੱਟੂ ਹੁਣ ਕਬੱਡੀ ਤਾਂ ਚਲੋ ਤੁਸੀਂ ਸੁਪਨਾ ਬਣਾਇਆ ਖੇਡਣਾ ਹੀ ਖੇਡਣਾ ਹੈ, ਚਲੋ ਅਸੀਂ ਕਹਾਂਗੇ ਤੁਸੀਂ ਹੌਂਸਲਾ ਰੱਖੋ, ਰੋਣਾ ਜ਼ਿੰਦਗੀ ਤੋਂ ਅੱਗੇ ਨਹੀਂ ਕਦੇ ਲੈ ਕੇ ਜਾਂਦਾ, ਦੁੱਖ ਬੜੇ ਤੁਸੀਂ ਜਿੰਨਾ ਤੁਹਾਨੂੰ ਦੁੱਖ ਆਇਆ ਸ਼ਾਇਦ ਹੀ ਕੋਈ ਹੋਵੇ ਜਿਸ 'ਤੇ ਇੰਨੇ ਦੁੱਖ ਆਏ, ਹੁਣ ਕਬੱਡੀ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ, ਕਿੱਥੇ ਤੱਕ ਲੈ ਕੇ ਜਾਣਾ ਚਾਹੁੰਦੇ ਹੋ? ਕਬੱਡੀ ਮੈਂ ਅੱਗੇ ਲੈ ਕੇ ਜਾਣਾ ਚਾਹੁੰਦਾ ਜੀ, ਖੇਡਣਾ ਚਾਹੁੰਦਾ ਮੈਂ ਹੋਰ ਵੀ, ਅਤੇ ਮੈਂ ਜਿਹੜਾ ਉਹਨਾਂ ਦਾ ਸੁਪਨਾ ਹਾਲ ਤੱਕ ਮੇਰੇ ਤੋਂ ਨਹੀਂ ਪੂਰਾ ਹੋਇਆ ਕਿਉਂਕਿ ਸੱਟਾਂ ਫੇਟਾਂ ਕਰਕੇ ਮੇਰੇ ਤੋਂ ਗੈਪ ਕਾਫੀ ਪੈ ਗਿਆ ਜੀ, ਉਹ ਸੁਪਨਾ ਮੈਂ ਮੰਮੀ ਡੈਡੀ ਦਾ ਪੂਰਾ ਕਰਨਾ ਜੀ ਭਰਾ ਦਾ, ਅਤੇ ਉਹ ਰੱਬ ਸੁੱਖ ਰੱਖੇ ਕਰਕੇ ਵੀ ਰਹੂੰਗਾ ਜੀ ਉਹ ਮੈਂ, ਜੋ ਮਰਜ਼ੀ ਹੋ ਜਾਏ ਜੀ, ਕਿਉਂਕਿ ਜੇ ਦੋਨੇ ਵਾਰੀ ਮੇਰਾ ਐਕਸੀਡੈਂਟ ਹੋਇਆ ਤਾਂ ਮੇਰੀ ਇੱਕੋ ਗੱਲ ਹੁੰਦੀ ਜੀ, ਬਸ ਇੱਕ ਅਰਦਾਸ ਹੁੰਦੀ ਜੀ ਰੱਬ ਅੱਗੇ, ਤੁਰਨ ਫਿਰਨ ਲਾਉਣਾ ਤਾਂ ਕਬੱਡੀ ਕਰਕੇ ਲਾਈ, ਖੇਡਣ ਲਾਈ, ਜੇ ਖੇਡਣ ਲਾਉਣਾ ਤਾਂ ਮੈਨੂੰ ਇੱਦੀ ਚੱਕ ਲਾ, ਜਦੋਂ ਐਕਸੀਡੈਂਟ ਹੁੰਦੇ ਸੀ ਹਾਂ ਬਸ ਇਹੀ ਗੱਲ ਹੁੰਦੀ ਸੀ ਮੇਰੀ, ਅਤੇ ਰੱਬ ਨੇ ਮੇਰੀ ਸੁਣੀ ਵੀ ਇੱਥੇ ਤੱਕ ਲਿਆ ਜਾਂ ਕੋਈ ਨਹੀਂ ਅੱਗੇ ਵੀ ਲੈ ਕੇ ਜਾਊਗਾ ਜੀ। ਬਿੱਟੂ ਇੱਕ ਪੈਰ ਤੁਹਾਡਾ ਦੇਖ ਰਹੇ ਸੀ, ਪੈਰ ਵੀ ਤੁਹਾਡਾ ਇੰਨਾ ਜ਼ਿਆਦਾ ਉਹ ਹੋਇਆ ਵੈ, ਮਤਲਬ ਵੱਡੇ ਵੱਡੇ ਟੁੱਕੇ ਹੀ ਪਿਆ ਜਮਾਂ ਹੀ, ਹਾਂਜੀ ਮਤਲਬ ਅੱਡੀ ਤੱਕ ਵੀ ਖਤਮ ਮਤਲਬ ਹੋ ਗਈ, ਮਤਲਬ ਅੱਡੀ ਵੱਢ ਗਈ ਸੀ ਜਮਾਂ ਜੀ ਬਿਲਕੁਲ, ਸਕਰੂ ਸਕਰੂ ਪਾ ਕੇ ਨਵੀਂ ਲੱਗੀ ਸੀ, ਸਕਰੂ ਪਏ ਸੀ ਇਹ 'ਚ ਮਗਰੀ ਸਾੜੀ। ਇਹ ਦੂਜੀ ਵਾਰੀ ਆਪਰੇਸ਼ਨ ਫਿਰ ਕਰਾਉਣਾ ਪਿਆ ਵੀ ਉਹ ਪੇਨ ਪੂਨ ਹੁੰਦੀ ਸੀ ਪੈਰ ਦਾ, ਤਾਂ ਮੇਰਾ 3-4 ਵਾਰੀ ਆਪਰੇਸ਼ਨ ਹੋ ਗਿਆ ਸੀਗਾ ਜੀ, ਮੇਰੇ 'ਚ ਇਨਫੈਕਸ਼ਨ ਵਗੈਰਾ ਹੋ ਗਈ ਸੀ, ਪੀਕ ਪੁੱਕ ਵਗੈਰਾ ਆ ਜਾਂਦੀ ਸੀ, ਫਿਰ ਆਪਰੇਸ਼ਨ ਕਰਨਾ ਪਿਆ ਜੀ ਜੀ, ਕਾਫੀ ਆਪਰੇਸ਼ਨ ਹੋ ਗਏ ਸੀਗੇ ਜੀ ਮੇਰੇ। ਬਿੱਟੂ ਅਸੀਂ ਇਹ ਕਮਰੇ ਦੀ ਜਿਹੜੀ ਯਾਦਾਂ ਹੈਗੀਆਂ ਨੇ, ਇਹ ਉਹੀ ਕਮਰੇ ਨੇ ਜਿੱਥੇ ਸਾਹਮਣੇ ਪੇਟੀਆਂ 'ਚ, ਇਹ ਪੇਟੀਆਂ ਵੀ ਮਾਂ ਦੀਆਂ ਨੇ, ਹਾਂਜੀ ਇਹ ਮੰਮੀ ਦੀਆਂ ਪੇਟੀਆਂ ਨੇ ਜੀ ਸਾਰਾ, ਇਹ ਮੰਮੀ ਜੀ ਦੇ। ਅਤੇ ਅਸੀਂ ਹੁਣ ਕਬੱਡੀ ਨੂੰ ਲੈ ਕੇ ਦੇਸ਼ ਵਿਦੇਸ਼ਾਂ ਦੇ ਵਿੱਚ ਕਬੱਡੀ ਨੂੰ ਪ੍ਰੇਮ ਕਰਨ ਵਾਲੇ ਲੋਕ ਬੈਠੇ ਨੇ, ਬਿੱਟੂ ਦੀ ਕੀ ਆਸ ਹੈਗੀ ਹੈ, ਜਾਂ ਕੋਈ ਬਿੱਟੂ ਨੂੰ ਅੱਗੇ ਤੱਕ ਲੈ ਕੇ ਜਾਣਾ ਚਾਹੁੰਦਾ, ਜਾਂ ਬਿੱਟੂ ਦੀ ਕੁਛ ਮਦਦ ਕਰ ਸਕਦਾ ਹੋਏ, ਬਿੱਟੂ ਕੀ ਚਾਹੁੰਦਾ ਹੈ ਦੁਨੀਆ ਤੋਂ? ਬਸ ਇਹੀ ਹੈ ਜਿਹੜੇ ਕਬੱਡੀ ਨੂੰ ਚਾਹੁਣ ਵਾਲੇ ਕੋਈ ਹੈਲਪ ਕਰ ਸਕਦੇ ਜੀ, ਹੈਲਪ ਕੀਤੀ ਜਾਵੇ ਜਿਹਦੇ ਨਾਲ ਮੈਂ ਆਪਦਾ ਹੋਰ ਤਕੜਾ ਅਤੇ ਆਪਣੀ ਪੂਰੀ ਪ੍ਰੋਪਰ ਡਾਇਟ ਲੈ ਖੇਡ ਸਕਾਂ ਜੀ, ਕਿਉਂਕਿ ਹਾਲ ਤਾਂ ਮੇਰੀ ਡਾਇਟ ਵੀ ਨਹੀਂ ਮੈਨੂੰ ਪੂਰੀ ਮਿਲ ਰਹੀ ਹੈਗੀ ਜੀ, ਹੁਣ ਸਰੀਰ ਲਾ ਲਈ ਜਾਂਦੀ ਸੱਟਾਂ ਪੇਟਾਂ ਵੱਜੀਆਂ ਜੀ, ਡਾਇਟ ਨਹੀਂ ਲਊਂ ਤਾਂ ਪ੍ਰੈਕਟਿਸ ਵੀ ਨਹੀਂ ਇੰਨੀ ਹੁੰਦੀ ਜੀ, ਕਿਉਂਕਿ ਜੇ ਬਿਨਾਂ ਡਾਇਟ ਤੋਂ ਖੇਡੂੰਗਾ ਜੀ ਫਿਰ ਪ੍ਰੈਕਟਿਸ ਨਹੀਂ, ਪ੍ਰੈਕਟਿਸ ਇੱਦਾਂ ਹੀ ਕਰੂੰਗਾ ਤਾਂ ਫਿਰ ਸਰੀਰ ਦੁਖਣ ਲੱਗ ਜਾਂਦਾ ਸੱਟਾਂ ਪੇਟਾਂ ਲੱਗੀਆਂ ਜੀ, ਨਾ ਹੁਣ ਫਿਰ ਡਾਇਟ ਪੂਰੀ ਨਾ ਆਉਣ ਕਰਕੇ ਔਖਾ ਬਹੁਤ ਹੋ ਜਾਂਦਾ ਜੀ, ਜੇ ਡਾਇਟ ਵਗੈਰਾ ਸਾਰਾ ਕੁਛ ਪੂਰਾ ਹੋਵੇ ਫਿਰ ਹੀ ਖੇਡ ਸਕੂੰਗਾ ਜੀ ਮੈਂ, ਛੇਤੀ ਉੱਪਰ ਆ ਜੂੰਗਾ ਜੀ। ਮਤਲਬ ਕੋਈ ਨਾ ਕੋਈ ਹੈਲਪ ਕਰੇ ਵੀ, ਜਿਹੜੀ ਖਾਣ ਪੀਣ ਦਾ ਹੁੰਦਾ, ਕਿਉਂਕਿ ਇੱਕ ਪਹਿਲਵਾਨ ਇੱਕ ਹਾਥੀ ਪਾਲਣ ਵਾਲਾ ਕੰਮ ਹੁੰਦਾ। ਹਾਂਜੀ ਹਾਂਜੀ ਖਾਣ ਪੀਣ ਦਾ ਹੋ ਜਾਂਦਾ ਸਾਰਾ ਜੀ। ਅਤੇ ਖੁਰਾਕ ਦੇ ਲਈ ਕਿੰਨਾ ਕੁ ਖਰਚਾ ਆ ਜਾਂਦਾ ਦਿਨ ਦੇ ਵਿੱਚ, ਜੇਕਰ ਅਸੀਂ ਸਹੀ ਖੁਰਾਕ ਖਾਣਾ ਚਾਹੀਏ ਤਾਂ? ਖੁਰਾਕ ਤਾਂ ਜੀ ਮੈਂ ਕਹਿੰਦਾ ਜੀ ਭਲਵਾਨ ਹੁੰਦਾ, ਜਿੰਨਾ ਖਾ ਲਓ ਜੀ ਉਨਾ ਹੀ ਥੋੜ੍ਹਾ ਹੈ ਨਾ ਜੀ, ਤਾਂ ਜਿੰਨੀ ਵੀ ਖਾ ਸਕਦੇ ਆਪਾਂ ਉਨੀ ਵੱਧ ਤੋਂ ਵੱਧ ਖਾ ਸਕੀਏ ਜੀ। ਜੀ ਜੀ ਅਤੇ ਦੇਸੀ ਘਿਓ ਵਗੈਰਾ ਸਾਰਾ ਕੁਛ ਹੁਣ ਉਹ ਹੁਣ ਤਾਂ ਨਹੀਂ ਲੈ ਰਹੇ ਹੁਣ? ਨਹੀਂ ਨਹੀਂ ਹੁਣ ਨਹੀਂ ਕੁਛ ਵੀ, ਹੁਣ ਤਾਂ ਸਿੰਪਲ ਰੋਟੀ ਹੈ ਜੀ ਬਸ, ਕੀ ਕਹਿਣਾ ਦੁੱਧ ਦਾ ਇੱਕ ਅੱਧਾ ਗਲਾਸ ਦੁੱਧ ਦਾ ਪੀ ਲਈਦਾ ਜੀ ਬਸ। ਅਤੇ ਰੋਟੀ ਰਾਟੀ ਫਿਰ ਸਾਰਾ ਕੁਛ ਬਣਾ ਦਿਓ ਆਪ? ਹਾਂਜੀ ਕਰ ਲਈਦਾ ਜੀ। ਬਿੱਟੂ ਫਿਰ ਜਦੋਂ ਕਬੱਡੀ ਖੇਡਣ ਜਾਂਦੇ ਹੋ ਤਾਂ ਫਿਰ ਹੁਣ ਕਿਵੇਂ ਜਾਂਦੇ ਹੋ, ਕਿਵੇਂ ਉੱਥੋਂ, ਕਿਉਂਕਿ ਕਈ ਵਾਰੀ 200 ਕਿਲੋਮੀਟਰ ਜਾਣਾ ਪੈਂਦਾ ਖੇਡਣ ਦੇ ਲਈ? ਹੁਣ ਤਾਂ ਜੀ ਪਹਿਲਾਂ ਤਾਂ ਮੈਂ ਬਾਈਕ ਵਗੈਰਾ 'ਤੇ ਚੱਲ ਜਾਂਦਾ ਸੀਗਾ ਜੀ, ਹੁਣ 2 ਵਾਰੀ ਮੇਰਾ ਐਕਸੀਡੈਂਟ ਹੋ ਗਿਆ ਜੀ, ਉਹਦੇ ਕਰਕੇ ਫਿਰ ਮੈਨੂੰ ਰਿਸ਼ਤੇਦਾਰ ਵੀ ਭੂਆ ਵਾਰੀ ਭੈਣ ਹੋਰੀ ਵੀ ਕਹਿ ਜਾਂਦੇ ਆ ਵੀ ਤੂੰ ਬਾਈਕ 'ਤੇ ਜਾਣਾ ਨਹੀਂ ਗਾ, ਵੀ ਉਹਨੂੰ ਚੰਗਾ ਤੂੰ ਘਰ ਬਹਿ ਰਹਿਣ ਦੇਣਾ, ਅਤੇ ਮੇਰਾ ਵੀ ਨਹੀਂ ਕੁਛ ਦਿਲ ਪੈਂਦਾ ਜੀ 2 ਵਾਰੀ ਐਕਸੀਡੈਂਟ ਹੋਣ ਤੋਂ ਬਾਅਦ, ਮੇਰੇ ਤੋਂ ਵੀ ਨਹੀਂ ਜਾਇਆ ਜਾਂਦਾ ਹੈ ਨਾ ਜੀ, ਜਾਂ ਕੋਈ ਦੋਸਤ ਵਗੈਰਾ ਘਰੋਂ ਆ ਕੇ ਲੈ ਜਾਂਦਾ ਜੀ ਤਾਂ ਬਸ ਚੱਲ ਜਾਂਦਾ ਜੀ, ਜਾਂ ਕੋਈ ਬੱਸ ਵਗੈਰਾ ਫਿਰ ਬੱਸ 'ਚ ਚੱਲ ਜਾਈਦਾ ਜੀ, ਸ਼ਾਮ ਦਾ ਆਉਣ ਦਾ ਔਖਾ ਹੋ ਜਾਂਦਾ ਜੀ, ਬੱਸ ਵਗੈਰਾ ਚੱਲ ਜਾਂਦਾ ਸ਼ਾਮ ਨੂੰ ਕੋਈ ਦੋਸਤ ਘਰ ਛੱਡ ਜਾਂਦਾ ਜੀ, ਜਾਂ ਫਿਰ ਕਿਸੇ ਦੋਸਤ ਨਾਲ ਚੱਲ ਜਾਂਦਾ, ਨਹੀਂ ਫਿਰ ਇਹ ਚੀਜ਼ ਕਰਕੇ ਮੈਨੂੰ ਇਹਦੀ ਬਹੁਤ ਵੱਡੀ ਪ੍ਰੋਬਲਮ ਆਈ, ਮੈਂ ਇਹਦੇ ਕਰਕੇ ਬਹੁਤ ਘੱਟ ਮੈਚ ਖੇਡ ਪਾ ਰਿਹਾ ਜੀ। ਮਤਲਬ ਰਾਤ ਬਰਾਤੇ ਕਈ ਵਾਰੀ ਤੁਰਦੇ ਹੀ, ਕਈ ਵਾਰ 4-4 ਕਿਲੋਮੀਟਰ ਬੰਦੇ ਤੁਰਦੇ ਹੀ ਜਾਣਾ, ਵਹੀਕਲ ਹੀ ਨਹੀਂ ਮਿਲਦਾ ਕਈ ਵਾਰ। ਹਾਂਜੀ ਹਾਂਜੀ ਮੈਨੂੰ ਇਹਦੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ, ਤਾਂ ਕਰਕੇ ਮੈਂ ਮੈਚ ਹੀ ਬਹੁਤ ਘੱਟ ਖੇਡ ਪਾ ਰਿਹਾ ਜੀ, ਜੇ ਮਤਲਬ ਆਪਦਾ ਕੁਛ ਇੱਦਾਂ ਦਾ ਸਾਧਨ ਹੋਵੇ ਮੈਂ ਆਪਦੇ ਮੈਚ ਮੂਚ ਵੀ ਪ੍ਰੋਪਰ ਰੋਜ਼ ਵਾਂਗ ਖੇਡ ਸਕਾਂ ਜੀ। ਰਿਸ਼ਤੇ ਰਿਸ਼ਤੇਦਾਰ ਸਾਥ ਦਿੰਦੇ ਆ ਜੇ ਕਈ ਵਾਰ ਲੋੜ ਪੈ ਜਾਂਦੀ ਤਾਂ? ਹਾਂਜੀ ਹਾਂ ਹੁਣ ਰਿਸ਼ਤੇਦਾਰ ਭੂਆਰੀ ਵਗੈਰਾ ਨੇ ਸਾਥ ਦਿੰਦੇ ਆ ਜੀ, ਭੈਣ ਆ ਮੇਰੀ, ਉਹ ਵਿਚਾਰੇ ਹੈਲਪ ਜਿੰਨਾ ਕੁ ਹੁੰਦਾ ਉਹਨਾਂ ਦਾ ਸਪੋਰਟ ਜੀ, ਉਹਨਾਂ ਦੇ ਆਪਣੀ ਵੀ ਕਬੀਲਦਾਰੀਆਂ ਆਪਣਾ ਘਰ ਬਾਰ ਆ ਨਾ ਜੀ, ਜਿੰਨੀ ਕੁ ਵਿਚਾਰੇ ਉਹਨਾਂ ਤੋਂ ਹੁੰਦੀ ਹੈ ਜੀ ਕਰਦੇ ਆ ਜੀ। ਅਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ, ਜਿਹੜਾ ਇੱਕ ਵਰਲਡ ਕੱਪ ਅੱਗੇ ਸ਼ੁਰੂਆਤ ਹੋਈ ਸੀ, ਉਸ ਵਰਲਡ ਕੱਪ ਦੀ ਫਿਰ ਇੱਕ ਵਾਰੀ ਕਬੱਡੀ ਪਲੇਅਰਾਂ ਨੂੰ ਤਾਂਗ ਹੈਗੀ ਆ ਕਿ ਫਿਰ ਸ਼ੁਰੂ ਹੋਣਗੇ? ਹਾਂਜੀ ਹੋਣੇ ਤਾਂ ਚਾਹੀਦੇ ਆ ਜੀ, ਆਪਾਂ ਤਾਂ ਕਹਿੰਦੇ ਹਾਂ ਨਾ, ਕਿਉਂਕਿ ਪਹਿਲਾਂ ਵਰਲਡ ਕੱਪ ਨੌਜਵਾਨ ਦੂਰ ਰਹਿਣ ਦੇ ਜੀ, ਬਾਕੀ ਵਰਲਡ ਕੱਪ ਨਾਲ ਇੱਦਾਂ ਹੀ ਜੇ ਵਰਲਡ ਕੱਪ ਹੋਏ ਤਾਂ ਕਿੰਨੇ ਪਲੇਅਰ ਮੁੰਡੇ ਨਵੇਂ ਉੱਠੇ ਜੀ, ਜੇ ਹੋਣਗੇ ਤਾਂ ਉਹਨੂੰ ਪਿੰਡਾਂ 'ਚ ਦੇਖਣਗੇ, ਸਾਰੇ ਸ਼ਹਿਰਾਂ 'ਚ ਤਾਂ ਨਵੇਂ ਮੁੰਡੇ ਹੋਰ ਲੱਗਣਗੇ ਜੀ, ਨਸ਼ੇ ਪੱਤਿਆਂ ਤੋਂ ਦੂਰ ਹੋਣਗੇ ਜੀ, ਤਾਂ ਆਪਣੇ ਆਪ ਨੂੰ ਵਧੀਆ ਆਪਦਾ ਫਿੱਟ ਵੀ ਰੱਖ ਸਕਣਗੇ ਜੀ। ਵੱਡੇ ਪਲੇਅਰ ਫੋਨ ਕਰਦੇ ਹੁੰਦੇ ਨੇ ਹੁਣ ਕਈ ਵਾਰੀ ਬਿੱਟੂ ਠੀਕ ਰਹਿੰਦਾ? ਹਾਂਜੀ ਜਿਨ੍ਹਾਂ ਨਾਲ ਪਹਿਲਾਂ ਖੇਡੇ ਹੋਏ ਜੀ, ਉਹਨਾਂ ਦੇ
कबड्डी प्लेयर बिट्टू बलियाल जिसनों अक्सर जेकर तुसी यूट्यूब या टीवी दे विच देखिया होना पर उसकी जो जिंदगी की असल सच्चाई सी वो अज असी जिहड़ी जिंदरे बंद जिंदरे खोलने जो कहानी सी असी तुहाडे नाल बयान की है क्योंकि वो कहानी जरूरी सी क्योंकि बिट्टू नूं बहुत लोड़ हैगी है जेकर कोई हैल्प करन वाला क्योंकि माँ नहीं हैगी हुण चूरियां कौन कुट के खवावे कौन कवे कि बिट्टू घरे आया बैठा तो तेनों लस्सी जां दुध पियावां क्योंकि वह भी जिहड़े इस दुनिया तो चले गए ने तो हुण बिट्टू नूं यही आस हैगी कि कोई अगे आवे तो मैनू जिहड़ी खुराक का जिहड़ा हैगा थोड़ा बहुत खर्चा चक के तां जो मैं अपने देश का पंजाब का ते आपदा नाम चमका सकां। कैमरा परसन अभिषेक दे नाल संदीप कंबोज भवानी।